ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਜਿਹੜੀਆਂ ਲਾਈਟਾਂ ਚਾਲੂ ਕਰ ਦਿੱਤੀਆਂ ਜਾਣ ਤਾਂ ਕਿ ਆਪਾਂ ਮੁਕਾਬਲਾ ਬਹੁਤ ਤਕੜਾ ਮੈਚ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਈਏ ਦੋਨੋਂ ਟੀਮਾਂ ਦੇ ਨਾਂ ਤੇ ਮੇਰੇ ਵੀਰਿਓ। ਕਹਿੰਦੇ ਇੱਕ ਪਾਸੇ ਪੜਾਣਾ ਤੇ ਦੂਸਰੇ ਪਾਸੇ ਮੇਰੇ ਪੰਜਾਬੀ ਵੀਰੋ ਮਾਲੇ ਦੀ ਟੀਮ ਹੈ। ਬਹੁਤ ਤਕੜਾ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਰੈਫਰੀ ਸਾਹਿਬ ਆਪੋ ਆਪਣੀਆਂ ਸਾਈਡਾਂ ਮੱਲ ਲੈਣ ਤਾਂ ਕਿ ਕੋਈ ਮੂੰਹ ਸਪਰੇ ਜਲਦੀ ਦੇ ਨਾਲ ਮੈਂ ਗਰਾਊਂਡ ਦੇ ਵਿੱਚ ਪੁੱਜੀ ਕਰ ਦਿਓ ਵੀਰ। ਪੜਾਣੇ ਦੀ ਟੀਮ ਮੇਰੇ ਦਰਸ਼ਕ ਵੀਰ ਨੋਟ ਕਰਨਗੇ ਇੱਧਰ ਸਟੇਜ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਮੇਰੇ ਵੀਰੋ ਮਾਲੇ ਦੀ ਪਹਿਲੀ ਰੇਡ ਲੱਖੇ ਨੇ ਪਾਈ ਤੇ ਗੋਰਾ ਮਰੂੜ ਵਾਲਾ ਮੇਰੇ ਵੀਰੋ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਖੇਡਣ ਵਾਲਾ ਇਸ ਵੇਲੇ ਪੂਰੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਜਿਹੜਾ ਰੇਡਰ ਦਾ ਇਸ ਖਿਡਾਰੀ ਨੂੰ ਮੈਂ ਪਿਛਲੇ ਸਾਲ ਟਰਾਂਟੋ ਦੇ ਵਰਲਡ ਕਬੱਡੀ ਕੱਪ ਦੇ ਖੇਡਦਾ ਦੇਖਿਆ ਮੇਰੇ ਵੀਰੋ। ਬਾਈ 2 ਮਿੰਟ ਉਹ ਲਾਈਟਾਂ ਵਾਲਾ ਵੀਰ ਮੇਰੇ ਕੀਪੇ ਨੂੰ ਬੇਨਤੀ ਹੈ ਲਾਈਟਾਂ ਜਗਾ ਦੇਵੇ। ਮੰਗ ਪੱਤਰ ਪੜਨਾ ਗਿਆ ਕੀਪੇ ਨੂੰ ਬੇਨਤੀ ਹੈ ਵੀ ਲਾਈਟਾਂ ਜਗਾ ਦੇਵੇ। 1 ਮਿੰਟ ਜੀ ਐਮਐਲਏ ਸਾਹਿਬ ਨੇ 1 ਲੱਖ ਰੁਪਇਆ ਟੂਰਨਾਮੈਂਟ ਕਮੇਟੀ ਨੂੰ ਮਨਜ਼ੂਰ ਕੀਤਾ ਦੇਣ ਲਈ 1 ਲੱਖ ਰੁਪਇਆ। ਤਾੜੀਆਂ ਮਾਰ ਦਿਓ ਵੀ ਟੂਰਨਾਮੈਂਟ ਕਮੇਟੀ ਲਈ 1 ਲੱਖ ਰੁਪਇਆ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਮਐਲਏ ਸਾਹਿਬ ਦੇ। ਦੇਵ ਜਿੱਥੇ ਵੀ ਆਵਾਜ਼ ਨੂੰ ਸੁਣਦਾ ਗਰਾਊਂਡ ਦੇ ਵਿੱਚ ਪੁੱਜੇ ਦੇਵ ਦਿਆਲਪੁਰੇ ਵਾਲਾ। ਲਓ ਤੁਹਾਡੇ ਸਾਹਮਣੇ ਮੇਰੇ ਵੀਰੋ ਕਬੱਡੀ ਪੈ ਚੁੱਕੀ ਹੈ। ਇੱਕ ਪਾਸੇ ਸ਼ੰਮਾ ਮਾਲੇ ਵਾਲਾ ਤੇ ਦੂਸਰੇ ਪਾਸੇ ਪੜਾਣੇ ਵਾਲਾ ਨੱਚਦਾ ਟੱਪਦਾ ਆਉਂਦਾ ਮੇਰੇ ਵੀਰੋ ਜਗਮੀਰ ਸਿੰਘ ਤੇ ਮਾਲੇ ਵਾਲਾ ਪਾਲ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਐਵਸਫੋਰਡ ਦੀ ਟੀਮ ਵੱਲੋਂ ਖੇਡਦਾ ਕਹਿੰਦੇ ਨੰਗਲ ਹਰਦੀਪ ਫੁੱਲ ਹੋਣਾ ਦੀ ਟੀਮ ਵੱਲੋਂ ਬਿੰਦਰ ਜਗਰਾਵਾਂ ਹੋਣਾ ਦੀ ਟੀਮ ਵੱਲੋਂ ਮੇਰੇ ਵੀਰੋ ਖੇਡਦਾ ਤੁਹਾਡੇ ਸਾਹਮਣੇ ਖਿਡਾਰੀ ਇਹ ਹੈ ਮਾਲੇ ਵਾਲਾ ਪਾਲ। ਇੱਕ ਪਾਸੇ ਨੌਜਵਾਨ ਗੋਰਾ ਮਰੂੜ ਵਾਲਾ ਮੇਰੇ ਵੀਰੋ ਖੇਡ ਮੈਦਾਨਾਂ ਦੇ ਵਿੱਚ ਤਕੜੇ ਜੱਫੇ ਲਾਉਂਦਾ ਤੇ ਦੂਸਰੇ ਪਾਸੇ ਪਾਲ ਮਾਲੇ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਲਓ ਬਹੁਤ ਸੋਹਣੀ ਕੋਸ਼ਿਸ਼ ਕੀਤੀ ਨੌਜਵਾਨ ਨੇ ਤੇ ਇਸ ਵੇਲੇ ਅਗਲੀ ਰੇਡ ਆਪਾਂ ਫਿਰ ਖੇਡ ਮੈਦਾਨ ਦੇ ਵਿੱਚ ਦੇਖੀਏ। ਪੂਰਾ ਫਾਸਮਾ ਮੈਚ ਇਹਨੂੰ ਆਖੀਏ ਪੂਰਾ ਐਨ ਮੇਰੇ ਵੀਰੋ ਟਿਕਾਣੇ ਦਾ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਉਹ ਲਾਈਟਾਂ ਵਾਲਾ ਵੀਰ ਇੱਧਰ 30 ਸੈਕਿੰਡ ਨਹੀਂ ਚੱਲ ਰਹੇ ਲਾਈਟਾਂ ਵੀ ਨਹੀਂ ਚੱਲ ਰਹੀਆਂ ਗਿਆ ਕਿੱਥੇ ਆ ਉਹ ਜਲਦੀ ਤੋਂ ਜਲਦੀ ਲਾਈਟਾਂ ਚਲਾ ਦੇਵੇ। ਇੱਧਰੋਂ ਟਾਈਮਰ ਵੀ ਨਹੀਂ ਚੱਲ ਰਿਹਾ ਗਿਆ 30 ਸੈਕਿੰਡ ਵਾਲਾ। ਆ ਵੀਰ ਜੀ ਅੱਗੋਂ ਸਟੇਜ ਤੋਂ ਪਾਸੇ ਹਟ ਜਾਓ ਸਾਨੂੰ ਦਿਖਦਾ ਕੁਝ ਨਹੀਂ ਅੱਗੋਂ ਵੀਰ। ਅਮਨਦੀਪ ਸਿੰਘ ਅੰਬੂ ਘੱਲ ਕਲਾਂ ਵਾਲਾ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਦਾ ਖਿਡਾਰੀ ਹੈ ਇਸ ਵੇਲੇ ਬਹੁਤ ਸੋਹਣੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਜਗਮੀਤ ਪੜਾਣੇ ਵਾਲੇ ਦੇ ਹਿੱਸੇ ਜਾ ਜੁੜਿਆ। ਭਾਵੇਂ ਕੱਦ ਛੋਟਾ ਘੁਮਿਆਰੇ ਵਾਲੇ ਮੋਠੇ ਵਰਗਾ ਕੱਦ ਹੈ ਇਸ ਨੌਜਵਾਨ ਦਾ ਪਰ ਰਵੀ ਕਹਿੰਦੇ ਬਹੁਤ ਸੋਹਣੇ ਜੱਫੇ ਲਾਉਂਦਾ ਇਸ ਵੇਲੇ ਵੇਖਦਾ ਵੀ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਵੀ ਗੱਲ ਕਰੂੰ ਉੱਧਰ ਵੇਖਦਾ ਵੀ ਲੱਖਾ ਇੱਧਰ ਰਵੀ ਹੈ ਤੇ ਪੁਆਇੰਟ ਮੇਰੇ ਵੀਰੋ ਮਾਲੇ ਦੀ ਟੀਮ ਦੇ ਹਿੱਸੇ ਜਾ ਜੁੜਿਆ। ਇੱਕ ਇੱਕ ਕਬੱਡੀ ਦਾ ਸਵਾਦ ਆ ਰਿਹਾ ਇੱਕ ਇੱਕ ਕਬੱਡੀ ਤੇ ਦਰਸ਼ਕ ਤਾੜੀਆਂ ਮਾਰ ਰਿਹਾ ਪਿੰਦਿਆ ਵੇਖ ਜਰਾ ਕਬੱਡੀ ਲੱਖ ਲੱਖ ਦੀ ਪੈਣ ਵਾਲੀ ਗੱਲ ਹੈ। ਹੈਲੋ ਆ ਕੀਪਾ ਸੱਦੋਵਾਲ ਨੂੰ ਜਿਹੜਾ ਬਲਦੇਵ ਸਿੰਘ ਵੱਲੋਂ ਸਨਮਾਨ ਦਿੱਤਾ ਜਾਣਾ ਸੀ ਉਹ ਕਿਸੇ ਕਾਰਨ ਨਹੀਂ ਪਹੁੰਚ ਚੁੱਕੇ। ਇਹਨਾਂ ਦਾ ਜਿਹੜਾ ਸਨਮਾਨ ਹੈ ਹੁਣ ਜਿਹੜਾ ਗਊਸ਼ਾਲਾ ਦੇ ਸੇਵਾਦਾਰ ਦੀਸ਼ੇ ਨੂੰ ਦਿੱਤਾ ਜਾਣਾ ਹੈ। ਦੀਸ਼ਾ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਮੰਚ ਤੇ ਆ ਜਾਵੇ ਦੀਸ਼ਾ। ਪਿਛਲੇ ਸਾਲ ਟਰਾਂਟੋ ਦਾ ਵਰਲਡ ਕੱਪ ਕਹਿੰਦੇ ਇੰਗਲੈਂਡ ਦੀ ਟੀਮ ਨੇ ਜਿੱਤਿਆ ਤੇ ਇਹ ਨੌਜਵਾਨ ਬਤੌਰ ਧਾਵੀ ਇੰਗਲੈਂਡ ਦੀ ਟੀਮ ਵੱਲੋਂ ਖੇਡਿਆ ਮੇਰੇ ਵੀਰੋ। ਪਹਿਲਾਂ ਇੰਗਲੈਂਡ ਦਾ ਸੀਜ਼ਨ ਖੇਡਿਆ ਫਿਰ ਕੈਨੇਡਾ ਦਾ ਵਰਲਡ ਕੱਪ ਖੇਡਿਆ ਰਾਇਲ ਪੰਜਾਬੀ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ ਪੰਮੇ ਦਿਓਲ ਹੋਣਾ ਵੱਲੋਂ ਮੇਰੇ ਵੀਰੋ। ਪਰ ਇੱਧਰ ਸ਼ਮਾ ਇਸ ਵੇਲੇ ਬਹੁਤ ਸੋਹਣੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਜਗਮੀਤ ਪੜਾਣੇ ਵਾਲੇ ਦੇ ਹਿੱਸੇ ਜਾ ਜੁੜਿਆ। ਉਮਰੋ ਦੀ ਨੀਕਰ ਪਾਈ ਆ ਇਸ ਨੌਜਵਾਨ ਖਿਡਾਰੀ ਨੇ। ਲਓ ਅਗਲੀ ਰੇਡ ਆਪਾਂ ਫਿਰ ਖੇਡ ਮੈਦਾਨ ਦੇ ਵਿੱਚ ਦੇਖੀਏ। ਮੇਰੀ ਬੇਨਤੀ ਹੈ ਵੀਰੇ ਸਟੇਜ ਤੇ ਜਮਾਂ ਲਾਈਟਾਂ ਦਾ ਪ੍ਰਬੰਧ ਹੈ ਨਹੀਂ ਸਟੇਜ ਤੇ 1-2 ਲਾਈਟਾਂ ਜਗਾ ਦਿਓ। ਹੈਲੋ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਲਾਈਟਾਂ ਚਾਲੂ ਕੀਤੀਆਂ ਜਾਣ। ਹੈਲੋ ਉਹ ਵੀਰੇ ਲਾਈਟਾਂ ਵਾਲਾ ਮੇਰੀ ਆਵਾਜ਼ ਸੁਣਦਾ ਹੋਵੇ ਇੱਕ ਵਾਰੀ ਸਟੇਜ ਤੇ ਜ਼ਰੂਰ ਆ ਜਾਏ। ਜਗਾਓ ਭਾਈ ਲਾਈਟਾਂ ਓਵਰ ਟੂ ਸਟੇਜ। ਹੈਲੋ ਹਾਂਜੀ ਹਾਂਜੀ ਲਾਈਟਾਂ ਦਾ ਪ੍ਰਬੰਧ ਕਰੋ। ਹਾਂਜੀ ਗਰਾਊਂਡ ਚ ਪੁਆਇੰਟ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਜਲਦੀ ਤੋਂ ਜਲਦੀ ਲਾਈਟਾਂ ਜਗਾਈਆਂ ਜਾਣ। ਗੋਰੇ ਮਰੂੜ ਵਾਲੇ ਦੇ ਹਿੱਸੇ ਜਾ ਜੁੜਿਆ ਪੁਆਇੰਟ ਪੜਾਣੇ ਦੀ ਟੀਮ ਦੇ ਹਿੱਸੇ ਜਾ ਜੁੜਿਆ। ਅਗਲੀ ਕਬੱਡੀ ਪਾਈ ਜਾਵੇ ਭਾਈ ਜੀ ਜਗਾਈ ਜਾਂਦੇ ਲਾਈਟਾਂ ਯਾਰ ਐਂ ਕਾਹਦੋ ਕਰੀ ਜਾਂਦੇ ਆ ਅੱਜ ਲਾਈਟਾਂ ਜਗੀ ਜਾਂਦੀਆਂ। ਓ ਯਾਰ ਮੇਨ ਸਟੇਜ ਤੇ ਹੈ ਨਹੀਂ ਲਾਈਟਾਂ। ਬਘੇਲੇ ਵਾਲਾ ਤੇ ਸਨੇਰ ਅਗਲੇ ਮੁਕਾਬਲੇ ਦੇ ਲਈ ਬਿਲਕੁਲ ਤਿਆਰ ਰਹਿਣ ਟੀਮਾਂ। ਉਸ ਤੋਂ ਬਾਅਦ ਜੰਗੀਆਣਾ ਤੇ ਤਲਵੰਡੀ ਭਾਈ ਬਹੁਤ ਤਕੜਾ ਮੁਕਾਬਲਾ ਜਿਹੜਾ ਇਸ ਤੋਂ ਇੱਕ ਮੈਚ ਤੋਂ ਬਾਅਦ ਖੇਡਿਆ ਜਾਣਾ ਤੇ ਥੋੜਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਤਾਂ ਕਿ ਸਾਰੇ ਦਰਸ਼ਕ ਵੀਰਾਂ ਨੂੰ ਖੇਡ ਕਬੱਡੀ ਦਾ ਆਨੰਦ ਆ ਸਕੇ। ਲਓ ਅਗਲੀ ਰੇਡ ਫਿਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਲੈ
मेरे वीर नूं बेनती है जिहड़े वीर दी पानी ते ड्यूटी है वो ग्राउंड दे विच पानी पूजा कर देवे पानी ते मेरे वीर दी जिहड़े दी ड्यूटी है ए आ मन्ना मेरे वीरो हेलो ओ भाई लाइटां वाला लाइटां जगा के जावा यार इथे लड़ी जांदे विच की फायदा मुड़ के गलत फैसला हो गया तां दवाइयां दा आसरा की है ओ यार एक स्टेज ते थोड़ा जिहा खाली करो स्टेज नूं लो लखा माले दी धरती दा मेरे वीरो कबड्डी पाउण दे लई वादा होया माले पिंड दियां कहिंदे इक माला खुरदा ते इक माला कला दो टीमां ने ते दोनों वधिया मेरे वीरो पर उधर वेखदा भी रवि तो पड़ लैके वापस गया कहिंदे टीशे नूं सन्मानित कीता जा रहा बलदेव सिंह बिजली वाले दे परिवार वालों माता करपाल कौर दी याद दे विच जिहड़े खिडारी वाधू खड़े है ग्राउंड दे विच उहनां नूं बेनती है भी इक साइड ते होके बैठ जाण जिहड़े मेरे खिडारी वीर वाधू खड़े है प्लीज एक साइड तो होके बैठ जाए चाहे वह साडे प्रबंधक है चाहे वह साडे खिडारी है एक पासे अंबू घल कलां वाला दूसरे पासे जगमीत पढ़ाने वाला मेरे वीरो उच्चा लंबा कादा है खिडारी का इस वेले वेखदा भी पॉइंट जगमीत पढ़ाने वाले के हिस्से जा जुड़े है लै भी जगमीत सिंह लड़ना नहीं झगड़ना नहीं बिल्कुल आराम के कबड्डी पानी है आप स्पोर्ट्समैनशिप के खेडना है ताकि पता लग सके भी फिरोजपुर जिले का गुरजीत तो बाद आ रेडर कहते टिकाने का रेडर है सरबजीत सिंह बब्बू पढ़ाने वाला कनेडा जा वसिया सरी के मेरे वीरो जब पुजीदा तो बड़े माण करता तो आप वेखिए खेड मैदान लखा 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 होगी मेरे वीरो लखे ने मेला लुट्ट वाली गल कर दी है अज ते कहते कोट करोड़ का मेला लुट्ट वाली गल कर दी है लखे ने बाहो लखे एक किंग कबड्डी का लखा गाजीपुरी एक लखा तुहाडे सामने मेरे वीरो पुण लैके वापस गया और अगली रेड खेड मैदान जगमीत पढ़ाने वाले ने पानी है के लिशकदे ने पिंडे पैण पट्टां विच घुगियां साना वाले भेड़ विच ताकतां ने गुजियां साना वाले भेड़ विच ताकतां ने गुजियां गुजियां ताकतां दी गल है ये तुहाडे इलाके का खिडारी मेरे वीरो पढ़ाने पिंड का जगमीत सिंह कबड्डी पाउण दे लई इंग्लैंड कनेडा खेडण वाला नौजवान इस वेले कबड्डी पाउण दी तैयारी कर रहा है आ कहिंदे अपना बिजनेस भी खोलिया एल सी का मेरे वीरो फिरोजपुर दे विच आपां वेखीए खेड मैदान दे विच मेरे वीरो तुहाडे सामने नौजवान जगमीत सिंह पढ़ाने वाला कबड्डी पा रहा है ये है बब्बू की कबड्डी का वारस पड़ लगे वापस गया अपनी टीम के लिए नौजवान जगमीत पढ़ाने वाला तो अगली रेड माले वाला पाल सिद्धमान का चैना कहते माण करता उस कबड्डी खिडारी तो मेरे वीरे इस वे कबड्डी कबड्डी हुई पई है खेड मैदान के लथ जाती भुख वेख गुंदे हुए शरीर चुमदी है जित पैर आ के खीरा बेटमार के जिम्मा के खड़ के हूँ मजबूत हड्डियां लाते मेहनत खुराक खा के खुलियां मार दे मल्ला वड्डियां मल्ला वड्डियां ये कहते छोटा है आओ नहीं रिसा वाह गोरिया ये छोटा गोरा मेरे वीरो इंग्लैंड की डर्बी कबड्डी क्लब वालों खेड है हेलो ओ यार भाई लाइटा वाला लाइटा क्यों नहीं छड़दा क्या पट के सिट के सारियां अड़ियां भी लाइया लो अगली रेड फिर वेखदा भी नौजवान गभरू इस वेले जगमीत पढ़ाने वाला के बापू आखे खेड पुत शेर बन के दिखा दे हुण चोटी दा प्लेयर बन के रिश्तेदार यार वेली माण कर दे गुण बिना कोई नहीं किसे नूं जानदा पुत जिन्ना मामा दे कबड्डी खेड दे ना उच्चा हो जाए सारे खानदान दा पुत जिन्ना मामा दे कबड्डी खेड दे ना उच्चा हो जाए सारे खानदान दा अपने कहिंदे खानदान दा नां रोशन करदे होए और अपने माता पिता दा अपना अपने पंजाब दी धरती दा नां रोशन करदे खिडारी मेरे वीरो इस वेले खेड मैदान दे विच कबड्डी खेड रहे है लखा कबड्डी पा रहा है हुण तक कहिंदे नॉन स्टॉप चलदा आ रहा है इधर कहिंदे मुकाबला पढ़ाने वाले दे नाल हो चुका है मुकाबला दोनों खिडारियां सख्त है इधर कांता कहिंदे 40 साल पहला मैच खेड के हटिया मेरे वीरो ते पॉइंट जिहड़ा आपां वेखीए लखे दे हिस्से जा जुड़िया है लै भी बाई अगला मुकाबला जिहड़ा बघेले वाला ते सनेर दीआं टीमां दे दरमियान खेडा जाणा है जंगी आणा ते तलवंडी भाई दा मुकाबला भी बहुत तगड़ा होना खेड मैदान दे विच मेरे वीरो कबड्डी नौजवान जगमीत पढ़ाने वाला चल भी जगमीत सिंह जगमीत के नाते जोरदार ताड़ी मार दो मेरे वीरो तुहाडे इलाके का स्टार खिडारी है जगमीत पढ़ाने वाला शरीर फिट है थोड़ी गोडे ते सट लगी फिर रेस्ट करके दोबारा पुज्या मेरे वीरो उधर दर्शन सिंह जी ASI साहब वह भी ग्राउंड के विच पुज गए कहिंदे गल वक्खरी है पर आपां खेड मैदान के विच देखिए लाइटा वाला बाई थोड़ियां लाइटा चालू कर दे लो लाइटा चल पईआं ते हुण स्वाद आऊ सारे मैचों का गुरमुख सिंह फैसले आन ठोक बजा के करने हैं एक एक पॉइंट का पता लग जाए भी अज साढ़े टूरनामेंट को स्पोंसर करने वाले स्पोंसर का टूरनामेंट कमेटी वालों सम्मान हो जा रहा है
जिन्होंने सानू बहुत वड्डा सहयोग दिता टूरनामेंट के लिए, उन्होंने टूरनामेंट कमेटी वालों सम्मान दिता जा रहा। चल भी जगमीत साहब पा कबड्डी नौजवान, इस नौजवान की सिफता लगातार कबड्डियां पा रहा, कोई रेड नहीं मिस की मेरे वीरे इस खिडारी ने कि चल भी जगमीत साहब पा कबड्डी दिखा दे जुरका, मूहरे खड़ा स्टापर उन्होंने लिया दे मुड़का, उन्हें पता लग जाना टीम जीती हारी का रेड मिस नहीं करना होंगे काम खिडारी का। लो इस वे बाबा दर्शक वीरां नूं बेनती है ग्राउंड दे विच ना कोई आवे। बाबा गुरदेव सिंह जी जिन्होंने सानू ओपन का पहला नाम भी दिता, उन्होंने सुपुत्र सतनाम सिंह टूरनामेंट कमेटी वालों सम्मानित किया जा रहा है। लो इस वे कबड्डी पै चुकी है मेरे वीरों, एक एक कबड्डी का स्वाद आ रहा है सारी संगत नूं सारे दर्शकों नूं, ते की फैसला है सुरजन सिंह। बाबा गुरदेव सिंह जी जिन्होंने सानू बहुत वड्डा सहयोग दिता है सन्मान किया, एक बार ताड़ियां हो जाए बाबा जी के नाते। सो बहुत बहुत धन्यवाद जी, अगे तो भी यही सहयोग की आस रखते हैं उन्होंने। जगमीत पढ़ाने वाला इस वे कबड्डी पाने के लिए खेड मैदान के वध्या है, बघेले वाला सनेर इस तो अगले मुकाबले दी टीमां बिल्कुल तैयार वर तैयार रहन। बघेले वाला सनेर चलता होया मैच समाप्त हो चुका है, इस मैच विचों दसी भी रहा केड़ी टीम जेतू रही है, पढ़ाने की टीम इस मैच की जेतू टीम है जी, पढ़ाने की टीम इस मुकाबले की जेतू टीम रही है। हेलो कीपे लाइट वाले नूं बेनती है कि एंट्री वाली ट्राली कोल आवे। ओ भाई कीपर लाइटा वाला है किथे है, हजे तो एक ना स्टेज ते लैट जुगी है ते ना इधरले पासे। कुलविंदर सिंह प्रधान जी ज्वाइंट सकत्तर पंजाब प्रदेश कांग्रेस जिन्होंने 71,000 का योगदान टूरनामेंट कमेटी नूं दित्ता सी, उन्हां नूं माण सन्मान देण दे विच खुशी महसूस करांगे। मैं बेनती करूंगा समूह प्रबंधक वीरां नूं प्रबंधकी कमेटी दे वीर ते नगर पंचायत इतने ग्राउंड च आ जाना, असं उन्हों का सन्मान करना कुलविंदर जी का टूरनामेंट कमेटी के सारे मैंबर नगर पंचायत वो ग्राउंड के आ जाना सी। कुलविंदर सिंह जी प्रधान जिन्होंने 71,000 का योगदान दिता है उन्हों का सन्मान करना। हैलो मैच शुरू कर दिता जाए, खेड मैदान के एक पासे बघेले वाला दूसरे पासे सुनेर है, नाल ही जंगियाना बरसे तलवंडी भाई, ए भी टीम जल्दी तो जल्दी खेड मैदान के लागे आ जा। सिक्योरिटी वाले वीर बेनती है जितों टीम एंटर होंगे एक जाना जाके उत्थे खड़ो, दर्शक वीर अंदर आ रहे हैं। मैच शुरू किया जाए खेड मैदान और नाल सत्कारयोग सरदार कुलविंदर सिंह जी उन्होंने विशेष सन्मान किया जा रहा जिन्होंने 71,000 रुपए की वड्डी राशि दिती है, नाल महापुरुष बाबा गुरदेव सिंह जी जिन्होंने 51,000 रुपया इस कबड्डी के महाकुंभ के लिए पहला फर्स्ट प्राइज दिता है। सो उस परिवार का भी आप महापुरशों का भी धन्यवाद करांगे, नाल ही सत्कार जो सारे दानी सजना का। मैच शुरू करो जी जल्दी तो जल्दी, दर्शन सिंह जी तुसीं उन्हें ग्राउंड दे विच्चों मैच शुरू करा दिओ खेड मैदान दे विच्च। जंगियाना वरसे तलवंडी भाई सरदार लाल सिंह लाले नूं सारी दुनिया जानती, उत्थे बलदेव सिंह जी लल्लिआं वाले जिन्होंने जिले फिरोजपुर का नाम पूरी दुनिया के उच्चा किया, उत्थे आपां देखांगे मुकाबला शुरू हो जा रहा है। हाँ जी कीपे लाइट वाले नूं बेनती है एंट्री वाली ट्राली कोल आवे, कीपे लाइट वाले नूं बेनती है एंट्री वाली ट्राली कोल आवे।
मैच शुरू कर दिता जाए। खेड मैदान बलकार सिंह लिया पहली कली कली कबड्डी लख लख रुपए की पैनी खेड मैदान मनदीप मैच शुरू कर दियो खेड मैदान दर्शक पूरे खुश है कहते कली कली कबड्डी का स्वाद आ रहा बल्ले बल्ले क्रांती भिंदे उन्हां दी सारे मित्रां ने बहुत वड्डी मेहनत की है इस नगर ने गुरजीत सिंह मुबारकबाद आ नौजवाना तैनू इस कबड्डी के महाकुंभ की मैच शुरू करो जल्दी तो जल्दी साढ़े पंद्रह या सोलह हाँ जी वीर कितने वीर काले भाई काले उधर लाइटा है नी यार सारा रौला पई जांदा नेरे च लाओ खेड मैदान दे विच आपां देखांगे मैच बहुत सोहणा बघेले वाले दी टीम स्टेज वाले पासे है ओ वीरे दो मिनट ओ वीरे लाइट वाले ओ पहला ग्राउंड च भी लाला यार उधर रौला पई जांदा जिहड़ी पंचायती पैलियां रहिंदियां लाइटां नहीं जगा लो रहिंदियां लाइटां भाजी बहुत तरीके नाल जग रहियां ने सारियां लाइटां चालू कर दिओ मेरे वीर आ प्रबंधक वीर है जिहड़े सारे स्टेज वल आ जाओ ग्राउंड तों थोड़ा जिहा बाहर आ जाओ बाहर आ जाओ जेडे स्टेज के अगे बहुत सारे वीर या बच्चे खड़े सिक्योरिटी वाले ना आ ग्राउंड चो सारे नू बाहर कढ़ो असी कुलविंदर सिंह प्रधान के परिवार को सन्मान करने लई जेडे बंदे अनाउंस करांगे ओही अंदर जाणगे बाले बंदे नहीं जाणगे जिन्ने बंदे अनाउंस करांगे आ मेरे वीर सिक्योरिटी वाले सारे नू कहना बाहर कढ़ देण ग्राउंड चो दो टीम अगले मुकाबले दी तैयारी खिंच लैण एक पासे जंगियाणा दूसरे पासे तलवंडी भाई बहुत तकड़ा मैच लाओ सामने सुनेर पिंड का गुरवकील सिंह खेड मैदान सरदार सुलखण सिंह का पुत पॉइंट का वाधा करता होया और दूसरे पासे बघेले वाले दे नार सिंह ने कबड्डी पा दिती है एक पासे रूप कंगरे का पुत कहिंदे भी पूरी तैयारी दे विच है दूसरे पासे देखांगे नौजवान देवी इटली वाला खड़ा सामने दिखाई दे रहा हां जी आ मेरे वीर बेनती है भी जिन्ने भी बाहर कर दे प्लीज स्टेज ते आके विराजमान हो जाओ और एक ग्राउंड दे विच भाई प्रबंधकों तो बिना कोई बंदा ना हो ग्राउंड दे विच भी ग्राउंड दी पना स्टेज वाले पासे पना दूजे पासे प्रबंधकों तो बिना कोई बंदा ना हो स्टेज ते बह जाओ मेरे वीर जेडे सफेर आ लाओ सामने लख लख दी कबड्डी ते एक पासे सूबेदार गुरनाम सिंह दा पुत राजवीर सिंह राजू पॉइंट लेके वापस मुड़दा होया गुरप्रीत सिंह भी पुजिया खेड मैदान दे विच धन्नवाद करांगे हां जी बोलो जी स्टेज तो जो भी बोलना है आपदी कमेटी आ जो मर्जी कर गुरप्रेम सिंह भाई गड्डी दी चाबी दे के जावे भाई हरचंद्र नूं गुरप्रेम भाई साउंड वालिया इधर आके लाइटा ला यार मुड़ के जे मैच ही खराब हो गए साडा की फायदा रहू फिर वीर इधरले पासे जाने लाइटा टैंकी वाले पासे भी जगा दित्तियां जाण ला एक पासे बोनी है दूसरे पासे देखांगे सामने रूप किंगरे दा पुत है आओ सामने बल्ले बल्ले हो चुकी है एडमिंटन दे लई बहुत तकड़ा खेडिया कनेडा दे मैदानां दे विच बाबा फरीद क्लब दे लई आ नौजवान सुख ढिल्लोहणा दी टीम दे लई पा भी नारसिया अगली कबड्डी हीरिया मत्था टेके के पासे हो जा नौजवान आ यार बेनती है भी जिहड़े ग्राउंड दे विच ने उहनां नूं बाहर कढ़ दिओ आ भाई सनेर इधर ख्याल रखियो जी मैं ते सारिआं नूं बिठा रिहा इन्हां नूं साइड ते कर रिहा वीरे बहुत वधिया पवित्र पाल सिंह जी अरे दूसरे पासे सामने अगली कबड्डी गुरवकील सिंह फिर पाउण दे लई वाधा होया खेड मैदान दे विच कि लख लख दी कौडी जफा कल्ले कल्ले दा कोई बोल नहीं पैंदा कारतूस चलेदा हजारा दर्शक वीर इस कबड्डी का लुत्फ ला रहे ने लाओ सामने देखिए भी वर्ल्ड कप बन गया माहौल भिंदिया बन चुका है गुरजीत सिंह डॉक्टर जसवंत सिंह जी देखो मुबारकबाद है इस कबड्डी के महाकुंभ एक साड़ी बेनती है कमेटी वालों भी जिन्ना एक बार किराया लै गए बार बार ना आओ एक बार आ जाओ
सिर्फ जिन्होंने किराया मिल चुका वार वार ना आने हाथ बन के बेनती है कमेटी वालों। लो सामने खेड मैदान दे विच पैंदियां कबड्डियां ने चढ़ चढ़ के देखदे पंजाबी सारे खड़ खड़ के कि पासे मनी नौजवान दो वीर कबड्डी खेडदे पुत प्यार दे नाल खेडना कोई गल नहीं। आ भी गुरविंदर सिंह नौजवान फिर अगली कबड्डी सिख सरदार नौजवान मर जाणिया माना बे गुरु की सिखी बड़ी न्यारी सिर लथ दा लथ जावे सिख दी कायम रहे सरदारी दुनिया दे तख्ते ते बखरा सिख दी सूगा तेरा सरबंश दानिया वे देना कौन देऊगा तेरा सरबंश दानिया वे देना कौन देऊगा तेरा। लाओ सामने अगली कबड्डी भगेले वाले दा नहर सिंह फिर पाउण दे लई बच चुकिया भाई सिक्योरिटी वाले वीरो माड़ा ग्राउंड खाली करा दिओ हजे मैच ने प्लीज वेटिंग बॉक्स बैठ जाओ उन्होंने वेटिंग बॉक्स बनाया होया गा ग्राउंड दे विच ना आ जाओ जे पंजाब पुलिस वाले मुलाजम भीर मेरी सुन रहे हैं तो सिक्योरिटी वाले की थोड़ी सहायता जरूर करो तो इधर साढ़े पदवंत सज्जन खड़े हुए स्टेज पर विराजमान हो जाए। लखवीर सिंह जी यूएसए दे विच होर भी बैठ के गुरप्रीत तोड़ा दे नाल पूरा स्वाद लै रहे ने नंबरदार परिवार की बहुत वड्डी देण है। आपां धन्नवाद करांगे सरदार बलदेव सिंह जी सरदार बलकार सिंह जी 500 रुपए का माण भेजते रहे पंजाबी मां बोला तो खुश हो गए पा भी गुरविंदर सिंह अगली कबड्डी खेड मैदान में आ लाइटा जगा दे पुत इधरले पासे दियां आ भिंदे नूं मिलने फिर मूव मैं बेनती करांगा प्रबंधक कमेटी नूं जिथे भी है तां पुजदी कर दित्ती जावे लो दूसरे पासे देखांगे उठ पुत्रा नौजवाना विजय भाजी ग्राउंड दे विच मूव भिंदा वीर कहिंदा वी ग्राउंड दे विच पुजदी कर दिंदे विजय वीर कोले है सो मैच बहुत वधिया है कली कली कबड्डी दर्शकों के कहते भी सीने दे विच दी नगदी जा रही है ते दूसरे पासे तीन तीन ऑफिशियल लगे हुए ने बूटा सिंह जी कोच है रुपिंदर सुलिहाणी पिंड दा और देव दयालपुरे वाले साडे विशेष तौर ते पुजे हुए अजमेर सिंह जी आलम वाले पिंड दे उत्थे लियाकत अली बिल्ला जी गुरमुख सिंह जी सोडी वाला लाओ सामने पैंदी होई कबड्डी। हाँ जी बोलो जी बोलो हेलो आ फिर तो बेनती है भी जड़ियां टीमां दा वेटिंग बॉक्स चले जाओ सनेर साहब। हाँ जी भेज देने जी दोनों टीमां नूं वेटिंग रूम दे विच भेज गए आपां लाओ सामने एक पासे धक्क के नौजवान ने बाहर कढ दित्ता है। हेलो हाँ जी बोलो हेलो आ जिन्ने मेरे वीर साडे मोहतबर सज्जन खड़े हुए ने कुर्सियां पईयां होणियां उस कुर्सियां ते सुशोभित होण साडी बेनती है कमेटी वल्लों। बिल्कुल कम सेट आ स्टेज दे अगे ज्यादा कट्ठ है बाकी सारा कम ठीक है इतो माइक बंद रखो जी थोड़ा जा नंबरदार साहब जी माइक थोड़ा जा स्विच ऑफ कर लो क्योंकि मैच बहुत तगड़ा एक पासे सनेर दा सामने सोना कबड्डी पा रहा चार जाफी भगेले वाले पिंड दे है हुण देखांगे खेड मैदान दे विच जिथों दे गोपी ने कनेडा दे मैदानां दे विच बल्ले बल्ले कराई है आओ सामने उसे पिंड दा नौजवान खेड मैदान दे विच पा सोहणी कबड्डी समय दे अनुसार वापस मुड़दा होया अपनी टीम दे लई पॉइंट दा वाधा करदा होया तैयारी खिच लै पुत्रा नौजवान यार सुच तां ऑफ कर लो यार लाओ सामने खेड मैदान दे विच दर्शकों दीआं अक्खां लगियां होईआं कहिंदे भी अद्धे अद्धे पॉइंट ते जीता रोड़ी सारे मुकाबलियां दी रात दा समां बन चुक्किआ लाइटां जग रहीआं ने लाओ दूसरे पासे देखांगे गुरदेव सिंह गाभा कहिंदे आ दो वीर कबड्डी खेडदे कबड्डी जगत दे विच वड्डा नाम है लाओ अगली कबड्डी सामने फिर पाउण दे लई नौजवान वाधा होईआ सेर सेर लहू वधाउण वाली खेड है पंजाबियों के खून दो विचों पैदा हुई कबड्डी है
कली वाले वीर नूं बेनती लोड़ अनुसार कली पा दित्ती जावे। लाओ सामने देखांगे खेड मैदान दे विच पाई हुई कबड्डी और दूसरे पासे जोर ते जवानी यारो उमरां दी खेड इहदे विच हुंदे गुरमुखा सन्ना वाले पेड़ कि जोर ते जवानी यारो उमरां दी खेड। गुरविंदर सिंह दा शरीर भावें मुठ्ठी भर है पर जान बहुत है इस नौजवान दे विच सामने पाई हुई कबड्डी। हाँ जी अमना ते रुपिंदर कमेंटेटर मेरी आवाज सुनते हो तो ग्राउंड के पहुंचण की खेचल करना। अमना ते रुपिंदर आओ खेड मैदान के अगली कबड्डी देखांगे। इस तों बाद अमन जी साडे वह भी अपनी सेवावां लैके पुजणगे। लो सामने खेड मैदान के फिर पैंदी हुई कबड्डी है। दूसरे पासे चार जाफी बिल्कुल थम्मा वर्गे मुंडे है गोल जी दहर दे नाल दर्शक वीर बड़ा प्यार दे रहे ने इस कबड्डी नू कि गोल जिहे दायरे विच हंदे तो दिसदे चढ़ जांदा चा जद खिडारी विच दिसदे जामा बलहारे जिन्हें काढ़ इहदी कढ़ी खेडनी कबड्डी यारो खेडनी कबड्डी। बलहारे जामा उस शखियत दे जिन्हें इस कबड्डी नू पूरी दुनिया के नक्शे ते लैके आंदा। श्री गुरु अंगद देव जी महाराज जी ने खडूर साहब की धरती ते कबड्डी नू जन्म दिता है और साहिबे कमाल साहब श्री गुरु गोबिंद सिंह जी महाराज ने पूरी दुनिया के प्रचलित कर दिती है कबड्डी। अगली कबड्डी फिर सामने गुरवकील सिंह पाउण दे लई बच चुके आ चार जाफी सामने टाटा दे गाडरा वर्गे मुंडे है देखांगे कौन। एक पासे बोनी कहिंदे भी माले खुरदी धरती दा सामने देखांगे पूरे अड़के हौसला करके पुत्रिया सान सिंघां तो हड़के जफा लाउण दी गल है ताड़ियां मार जो दोहां खिडारियां दे लई कि इको जिन्ना जोर लगता है यारी हाण दे मुंडे ना लाइए इको जिन्ना जोर लगता यारी हाण दे मुंडे ना लाइए। कबड्डी गुरविंदर दी है खेड मैदान दे विच चार जाफी है हेम सिंह तकड़ा हो नौजवाना। अबाई जी जिहड़े प्लेयर खेडदे आ ओह विच रहण बाकी वीरां नूं डब्बा वालिआं नूं उहदे विच जाके बहिण किसे नूं पाहे दर्शकां नूं तां दीदा नहीं जमा ही है भाई। ओ भाई लाइटां वालिआ साउंड वालिआ इधर ला दे लाइट यार कोई काले मैं तेनों पहला भी बोलिया सी वीर इन्हां नूं मिल लो आके जिथे लाइटां लगन वाली वीर सामने दिसदा लाइटां दा प्रबंध है ने मैच अजे काफी पए अपने कोले। पिंदे पिंदे एक मिनट मैच रोक ला जे नहीं लोट आउंदा ना कम ते जिहड़े रेडर आ उहनां नूं वी उहनां दे बॉक्सां विच कर। दोनों टीमां बैठ जो एक पासे होके मेरे वीर क्योंकि मैच बहुत तकड़ा है। बाहर कढ़ दे पानी पिउण वाले दो चाहीदे आ रैफरी चाहीदे आ पूरी दुनिया जेड़ी इस कबड्डी नू देख रही है पंजाब लाइव वन कौम दे जरिए सारी दुनिया जुड़ी हुई है। डॉक्टर जसवंत सिंह जी पूरे खुश है कहिंदे साडे भाई साहब दा चरणजीत सिंह जी वह भी इस कबड्डी नू देख रहे हैं। उत्थे सरदार गुरजीत सिंह जी लाओ सामने पाई हुई कबड्डी नंबरदार परिवार की बहुत वड्डी देड़ है। उत्थे सरदार कुलजिंदर सिंह जी जिन्होंने पूरा 71,000 रुपया इस कबड्डी के महाकुंभ नू दिता है। केड़ी जेतू आ जी इस मुकाबले दे विचो 65 दसांगे। इको मिनट भाजी इको मिनट सिर्फ बघेले वाले दे पॉइंट ने 14 सनेर दे पॉइंट ने 15.5 ताड़ियां मार दो दोहां टीमां दे लई। सनेर दी टीम जित गई है। माइक दे उत्ते आउणगे साडे अमन लुप्पो जी डाक्टर जसवंत सिंह जी सन ऑफ बगतौर सिंह जी मैंबर पंचायत उहनां दे परिवार वल्लों बेस्ट रेडर ते जाफी नूं कहिंदे कप दे के विशेष तौर ते मान सम्मान कीता जाणा है। स्वर्गवासी सरदार सौण सिंह की याद दे विच बेस्ट रेडर ते जाफी नूं कप दित्ते जाणे है। 10-10 किन्ने पॉइंट होणगे जी 10.5 जां 11 पॉइंट जिस टीम दे पहलां होगे उह टीम जेतू होवेगी। जंगी आणा ते बाबा हरिदास क्लब तलवंडी भाई दीआं टीमां दे दरम्यान मैच शुरू होण जा रहा है। हैलो ओपन वाले प्लेयर नूं बेनती है क्वार्टर फाइनल दीआं टाइगां कढ़ना जा रहीआं ये 22 खत्म करनी है इक्की मैच करवाउणा इत्थे आ के पहुंच जाण तिन्नां टीमां नूं 22 दित्ती जाऊगी ते इक मैच होऊगा जी।
साढ़े बारह या तेरह पॉइंट जिस टीम के पहला हो गए वह टीम जी जेतू होगी। तकड़ा मैच है दोनों ही टीमों के दरम्यान। जेता अज का कोट करोड़ का कबड्डी टूरनामेंट वधिया लग्या तां जोरदार ताड़ी मार दो दर्शक वीरो, पता लग जे भी पूरी दुनिया दे विच भी प्रबंधकां ने वधिया प्रबंध किया और साढ़े एनआरआई वीरां ने नगर निवासियों ने बड़ा योगदान पाया ते दर्शकों ने पूरा साथ दिता ते टॉप दे मैच जिहड़े कोट करोड़ दे इस खेड ग्राउंड दे विच खेडे जा रहे हैं। आ मैच कहिंदे सिरे दा मैच है मेरे वीरो, तलवंडी भाई ते जंगी आणा कि होण लगा मैच जिहनूं साना वाला भेड़ कहिंदे, जाफी अते धावी दा ए जिहनूं एड़ गेड़ कहिंदे, गुट फड़ टाइगरां ने कैंची उदों लाउणी आ, चीते जंप आइटमां ने कबड्डी जदों पाउणी आ, चीते जंप आइटमां ने कबड्डी जदों पाउणी आ। सरदार गुरजीत सिंह जी पंजाब पुलिस वाले कहिंदे भी जंगियाने दे जाफी जिन्हें भी जफे लाउणगे 100-100 रुपये दे मान सम्मान दित्ते जाणगे। हेलो, बहुत तगड़ा मुकाबला जिहड़ा इस वेले खेड मैदान दे विच खेडिया जा रहा है। एक पासे कहिंदे तलवंडी भाई पंजाब दा किसान जाणदा है मेरे वीरो संद मशहूर ने, ते दूसरे पासे कहिंदे जंगियाणा कि जे छण छण हो जाए दौर तेरे दे करनी। लोक गीतां दे विच गल होई भुपिंदर गिल दी मेरे वीरो, जेड़े वीर खड़े आ कृपा करके बैठ जाओ, थोड़ा थोड़ा साइड ते हो जाइए, बैठ जाओ, मेरे बेनती है। सद्देवाल दा ते इक कीपा बदनी दा ते इक तुहाडे सामने कीपा भांगड़ दा कबड्डी पा रहे मेरे पंजाबी वीरो। नौजवान करविंदर सिंह चंगी आने वाला, हेलो, एक गुरप्रीत दा वीर है ते देव जालपुरे वाला फैसला कर रहा भी पॉइंट जिहड़ा इसने जाफी दा। हेलो, इस तो अगला क्वार्टर फाइनल मुकाबला पढ़ाणा ते सनेरे दोनों टीमां ग्राउंड दे विच पहुंच जाण जी, पढ़ाणा ते सनेर, बाकी तीन टीम बाई जाई। सरदार बलदेव सिंह जी नंबरदार कहिंदे तलवंडी भाई ते जाफी जिन्हें भी जफे लाउणगे 100-100 दे मान सम्मान दित्ते जाणगे। जिहड़े वीर खड़े आ कृपा करके बैठ जाओ, मेरी हाथ जोड़ के बेनती है। उधर सरदार गुरजीत सिंह जी कहिंदे पंजाब पुलिस वाले मोगे दे विच ट्रैफिक दे विच मेरे वीरो ड्यूटी है। हेलो भाई, इधरों हुण स्टेज ते कोई ना बोलियो क्योंकि मैच बहुत फसमा है। ਬਾਈ ਜਿਹੜੇ ਆਪਾਂ ਕਮੈਂਟਰ ਕੀਤੇ ਆ ਇਹਨਾਂ ਨੇ ਦੋਵਾਂ ਨੇ ਕਮੈਂਟਰੀ ਕਰਨੀ ਆ ਪੂਰੀ ਐਨ ਡਟ ਕੇ। ਹੈਲੋ ਪਿੰਦੇ, ਇੱਕ ਮਿੰਟ ਗੱਲ ਸੁਣ ਲਾ ਪਹਿਲਾਂ, ਮੈਚ ਕਰਾਉਣਾ ਜਾਂ ਰੋਕਦੇ ਨਹੀਂ, ਸਾਰੇ ਬੰਦੇ ਬਾਹਰ ਕੱਢ ਦੇ ਵਾਧੂ, ਫਿਰ ਮੈਚ ਹੋਊਗਾ। ਮੇਰੀ ਬੇਨਤੀ ਹੈ ਜਿਨ੍ਹਾਂ ਵੀਰਾਂ ਦੀ ਕੋਈ ਡਿਊਟੀ ਨਹੀਂ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ। ਆਪਾਂ ਨੂੰ ਆਪ ਨਹੀਂ ਪਤਾ ਵੀ ਕਿਹਦੀ ਡਿਊਟੀ ਨਹੀਂ, ਕਿਰਪਾ ਕਰਕੇ ਗਰਾਊਂਡ ਤੋਂ ਬਾਹਰ ਹੋ ਜਾਣ, ਜਿਹੜੇ ਸਪੇਅਰ ਪਲੇਅਰ ਨੇ ਉਹ ਵੀ ਬੈਠ ਜਾਣ ਕਿਉਂਕਿ ਦਰਸ਼ਕ ਹਨੇਰਾ ਹੋ ਗਿਆ। ਤਾਂ ਵੀ ਆਨੰਦ ਮਾਰਿਆ ਦਰਸ਼ਕੋ, ਆਪਣੇ ਨਾਂ ਤੇ ਤਾੜੀ ਮਾਰ ਦਿਓ ਇੱਕ ਵਾਰ ਜ਼ੋਰਦਾਰ। ਲਓ ਤਕੜਾ ਮੈਚ ਹੈ ਦੋਨੋਂ ਹੀ ਟੀਮਾਂ ਦੇ ਦਰਮਿਆਨ। ਉਧਰ ਸਰਦਾਰ ਬਲਦੇਵ ਸਿੰਘ ਜੀ ਨੰਬਰਦਾਰ ਕਹਿੰਦੇ ਵੀ ਤਲਵੰਡੀ ਭਾਈ ਦੀ ਟੀਮ ਦੇ ਜਾਫੀ ਜਿੰਨੇ ਵੀ ਜਫੇ ਲਾਉਣਗੇ 100-100 ਦੇ ਮਾਨ ਸਨਮਾਨ ਦਿੱਤੇ ਜਾਣਗੇ। ਤੇ ਉਧਰ ਕਹਿੰਦੇ ਗੁਰਜੀਤ ਸਿੰਘ ਸਾਡਾ ਵੀਰ ਪੰਜਾਬ ਪੁਲਿਸ ਵਾਲਾ ਚਰਨਜੀਤ ਆਸਟ੍ਰੇਲੀਆ ਦਾ ਵੀਰ ਮੋਗੇ ਦੇ ਵਿੱਚ ਕਹਿੰਦੇ ਟ੍ਰੈਫਿਕ ਦੇ ਵਿੱਚ ਡਿਊਟੀ ਹੈ ਮੇਰੇ ਵੀਰੋ, ਟ੍ਰੈਫਿਕ ਦੇ ਵਿੱਚ ਉਹਨਾਂ ਵੀਰਾਂ ਦੀ ਤਰਫੋਂ 100-100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਧੌਲਾ ਪਿੰਡ ਹੈ ਇਸ ਕਬੱਡੀ ਦੇ ਖਿਡਾਰੀ ਦਾ, ਜਗਪਾਲ ਸਿੰਘ ਨਾਮ ਮੇਰੇ ਪੰਜਾਬੀ ਵੀਰੋ। ਭਾਵੇਂ ਕਹਿੰਦੇ ਹੱਥ ਦੀਆਂ ਉਂਗਲਾਂ ਕੱਟੀਆਂ ਹੋਈਆਂ ਪਰ ਫਿਰ ਵੀ ਕਬੱਡੀ ਖੇਡਦਾ ਨੌਜਵਾਨ ਸੁਪਰ ਸਟਾਰ ਧਾਵੀ ਬਣ ਗਿਆ। ਤੇ ਉੱਧਰ ਵੇਖਦਾ ਵੀ ਲਾਲੇ ਵਾਲੇ ਤਲਵੰਡੀ ਵਾਲੇ ਲਾਲੇ ਦੇ ਪੁੱਤਰ ਨੂੰ ਟੱਚ ਕਰਕੇ ਮੇਰੇ ਵੀਰੋ ਜਗਪਾਲ ਸਿੰਘ ਧੌਲੇ ਵਾਲਾ ਰਾਮ ਸਰੂਪ ਅਣਖੀ ਦਾ ਪੇਂਡੂ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਕਿ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ, ਕੰਮ ਸ਼ਾਇਰਾਂ ਉਸ ਨੂੰ ਗਾਵਣਾ ਜੀ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ ਜਿਹਨੇ ਅੰਤ ਸਮੇਂ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ ਜਿਹਨੇ ਅੰਤ ਸਮੇਂ ਕਮਾਵਣਾ ਜੀ। ਇੱਕ ਪਾਸੇ ਗੁਰਪ੍ਰੀਤ ਹੈ ਕਹਿੰਦੇ ਜੰਗੀਆਂ ਨੇ ਪਿੰਡੋ ਮੁੰਡਾ ਗਿੱਲ ਪਰਿਵਾਰ ਦਾ ਵੱਡੇ ਵੱਡੇ ਧਾਵੀਆਂ ਨੂੰ ਡਾਂਡੇ ਜੱਫੇ ਮਾਰਦਾ, ਕੁਲਵਿੰਦਰ ਦਾ ਵੀਰ ਪੁੱਤ ਹਰਬੰਸ ਦਾ ਕਹਿੰਦੇ ਨੇ ਪਿਆਰ ਨਾਲ ਨਾਂ ਲੋਕੀ ਗੁਰਪ੍ਰੀਤ ਲੈਂਦੇ ਨੇ, ਪਿਆਰ ਨਾਲ ਨਾਂ ਲੋਕੀ ਗੁਰਪ੍ਰੀਤ ਲੈਂਦੇ ਨੇ ਜੀ। ਗੁਰਪ੍ਰੀਤ ਦੀ ਖੇਡ ਕਰਦੇ ਆ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਗੁਰਪ੍ਰੀਤ ਦੀ ਖੇਡ ਨੂੰ ਪਿਆਰ ਕਰਦੇ ਆ। ਪੜਾਣਾ ਤੇ ਸਨੇਰ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਪੜਾਣਾ ਤੇ ਸਨੇਰ, ਮੇਰੀ ਬੇਨਤੀ ਹੈ ਕੋਈ ਵੀ ਖਿਡਾਰੀ ਪਾਣੀ ਨਾ ਲਾਵੇ। ਇੱਧਰ ਪਈ ਹੋਈ ਕਹਿੰਦੇ ਸੁਖਮੰਦਰ ਸਿੰਘ ਦੀ ਕਬੱਡੀ ਹੈ ਮੇਰੇ ਵੀਰੋ, ਔਰ ਦੇਖੋ ਕਹਿੰਦੇ ਲਾਲੇ ਤਲਵੰਡੀ ਵਾਲੇ ਦਾ ਪੁੱਤਰ ਮੇਰੇ ਵੀਰੋ ਰਮਨਾ ਤਲਵੰਡੀ ਵਾਲਾ ਪੂਰੀ ਟਰਾਈ ਕਰਦਾ ਤੇ ਪੁਆਇੰਟ ਇਸੇ ਲਈ
धावी के हिस्से जुड़ता है। अगली कबड्डी पाउण दे लई कहिंदे कुलदीप सिंह भांगरा वाला वध्या होया जंगियाने दे गुरप्रीत दी हिक दे विच टच ला के नौजवान ने पॉइंट अपनी टीम के हिस्से जोड़ दिता है। अगली कबड्डी जिले बरनाले का के मोटर मित्रां दी चल बरनाले चलीए लाओ जगपाल धौले वाला अगली कबड्डी पाउण दे लई वाधा होया। दर्शक वीरां दा बहुत बहुत धन्नवाद है। बड़ा हजूम है कि बैठे भुखे ते आए बड़ी दूरों दूरों आए देख खिडारियों दे शरीर इन्हां नूं ना किसी गल दी घाट रड़ के बोलदा कबड्डी दा जनून अज लोकां दे सिर चढ़ के बोलदा कबड्डी दा जनून अज लोकां दे सिर चढ़ के लै वी जलाल वाले नौजवान हीरा तलवंडी भाई वाला कबड्डी पाउण दे लई वाधा होया। कर क्या गल इस नौजवान कबड्डी खिडारी दी हीरे दी पाई हुई रेड़ है हुण चार जाफी कहिंदे जंगियां ने पिंड दे ताली वर्गे कुलविंदर वर्गे गुरप्रीत वर्गे किहड़ा जाफी बिजली बोर्ड दे करंट वांगू चुंबड़दा है ए समय दी गल है। गुरप्रीत खेड़ मैदान दे विच कहिंदे बब्बर शेर वांगू झपट मारदा मेरे पंजाबी वीरे एक पासे हीरा दूसरे पासे नौजवान गबर गुरप्रीत जंगियां ने वाला देव दयालपुरे वाला फैसला करदा वी पॉइंट जिहड़ा रेडर दे हिस्से जा जुड़िया है। इस खिडारी की 2011 दे विच कहिंदे बाबा फरीद कबड्डी क्लब ने चोण की सुख रटाल होना ने जलंधर सिद्धू होना ने आप खेड मैदान दे विच देखिए नौजवान गभरू सुखमंदर जंगियाने वाला कबड्डी पा रहे मेरे वीरे बाजा खाना ला इस वेले कहिंदे नौजवान सुखमंदर की पई हुई कबड्डी एक कन्नी ते रमना दूसरी ते गगना लो गगने ना मुकाबला ते पॉइंट इसलिए जंगियाने दा सुखमंदर सिंह अपनी टीम लई जोड़दा लो अगली रेड फिर देखना भी कीपा भांगर वाला कबड्डी पाउण दे लई खेड मैदान दे विच वध्या होया कि धावी कहिंदा उड उड पाऊंगा कबड्डियां हिक्का लत्ता बाहां विच ताकतां ने वड्डियां अज वड्डियां ताकतां वाले खिडारी पुज्जे है उधर गुरप्रीत जंगियाने वाले नाल कहिंदे मुकाबला करके नौजवान सुल्तान शमशपुरिए वांगू भजदा पॉइंट लैके वापस गया कि अरदास करके कार्य अज शुरू कर दे पंजाबियों की आए गह की सेवा विच ना कसर छड़ दे पुरानी यह भी है रीत पंजाबियों की जबर जुल्म नूं जड़ तों कट दिंदी उठे जदों भी शमशीर पंजाबियों की विणग देश लई शहीदियां पाउण खातर कतार पहली है वीर पंजाबियों की कतार पहली है वीर पंजाबियों की पंजाब की धरती है गुरुआं पीरां फकीरां की धरती है खिडारियों की धरती है पहलवानों की धरती है। आ खिडारी कहिंदे तलवंडी वाला गगना मेरे वीरो खेड मैदान दे विच जत्था अपनी टीम दे लई ला रहा है ते मैनू अज वह भी दिन याद है जब ढीमा वाली दे विच कबड्डी कप चल रहा सी इस खिडारी ने सुखबीर सरावां नूं जत्था लाया तां करमपाल सिद्धू ने फोन ते आख्या भी नौजवाना इस गबरू नूं वधाइयां दे दे इस साल लंडे के दे कप ते बुलट दिता जाना मेरे वीरो एक जफे का बुलट मिलिया होया इस खिडारी नूं यह है तलवंडी वाला रमना कहिंदे लाले का भतीजा ते मेरे वीरो रमने का वीर इसलिए खेड मैदान दे विच देखिए। अगली रेड हीरा ਪਿੰਡਰਾਂ ਦਾ ਹੀਰਾ ਬਿਨੀਪੈਗ ਦੇ ਵਿੱਚ ਕਹਿੰਦੇ ਵੱਡਾ ਕੱਪ ਕਰਵਾਉਂਦਾ ਪਰ ਉਧਰ ਖੇਡ ਮੈਦਾਨ ਦੇ ਵਿੱਚ ਦੇਖੀਏ ਮੇਜਰ ਭਲੂਰ ਦਾ ਚਹੇਤਾ ਰਿੱਕੀ ਰਾਮਪਰੇ ਦਾ ਚਹੇਤਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਗੁਰਪ੍ਰੀਤ ਜੰਗੀਆਣੇ ਵਾਲਾ ਪੂਰੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਜੱਜ ਰਿਹਾ ਪੁਆਇੰਟ ਮੇਰੇ ਵੀਰੇ ਇਸ ਨੌਜਵਾਨ ਹੀਰੇ ਦੇ ਹਿੱਸੇ ਜੱਜ ਰਿਹਾ। ਉਧਰ ਅਗਲੀ ਰੇਡ ਫਿਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਸੁਖਮੰਦਰ ਜੰਗੀਆਣੇ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀ ਹੈ ਚਾਰਾਂ ਜਾਫੀਆਂ ਦੇ ਵਿੱਚੋਂ ਕਿਹੜਾ ਜਾਫੀ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜਦਾ ਹੈ ਹੁਣ ਪਤਾ ਲੱਗ ਜਾਣਾ ਮੇਰੇ ਪੰਜਾਬੀ ਵੀਰੋ ਇਸ ਲਈ ਰੇਡਰ ਦੇ ਹਿੱਸੇ ਜਾ ਜੜਿਆ ਚੱਲਦਾ ਹੋਇਆ ਮੈਚ ਜੇ ਸਾਰੀ ਸੰਗਤ ਨੂੰ ਵਧੀਆ ਲੱਗ ਰਿਹਾ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਕੋਟ ਕਰੋੜ ਦੀ ਪ੍ਰਬੰਧਕੀ ਕਮੇਟੀ ਦੇ ਨਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵਧੀਆ ਟੂਰਨਾਮੈਂਟ ਮੇਰੇ ਵੀਰੋ ਇਸੇ ਖੇਡ ਮੈਦਾਨ ਦੇ ਵਿੱਚ ਹੋਰ ਕਰਵਾਉਣ ਦਾ ਬਲਦੇਵ ਸਿੰਘ ਜੀ ਨੰਬਰਦਾਰ ਕਹਿੰਦੇ ਹੀਰੇ ਨੂੰ 100 ਰੁਪਏ ਦਾ ਮਾਨ ਸਨਮਾਨ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਲੋਪੋ ਵਾਲਿਆ ਕਰਖਾਂ ਅਗਲੀ ਗੱਲ ਉਧਰ ਕਹਿੰਦੇ ਦੇਵ ਦਿਆਲਪੁਰੇ ਵਾਲੇ ਦਾ ਫੈਸਲਾ ਬਿਲਕੁਲ ਅਟਲ ਹੈ ਇਹ ਖਿਡਾਰੀ ਨੋਟ ਕਰ ਲੈਣ ਰੈਫਰੀ ਦਾ ਫੈਸਲਾ ਜਿਹੜਾ ਅਟਲ ਹੈ ਔਰ ਤਕੜਾ ਮੈਚ ਹੈ ਅਗਲੇ ਮੈਚ ਦੀਆਂ ਟੀਮਾਂ ਪੜਾਣਾ ਤੇ ਸਨੇਰ ਪੜਾਣਾ ਤੇ ਸਨੇਰ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਪੜਾਣਾ ਤੇ ਸਨੇਰ ਅੱਜ ਦੇ ਟੂਰਨਾਮੈਂਟ ਦੇ ਸਾਰੇ ਹੀ ਆਰਗੇਨਾਈਜ਼ਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਥੋੜ੍ਹੇ ਤੋਂ ਥੋੜ੍ਹਾ ਬਹੁਤੇ ਤੋਂ ਬਹੁਤਾ ਯੋਗਦਾਨ ਪਾਇਆ ਹੈ ਸਾਰੇ ਹੀ ਕਬੱਡੀ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਭਿੰਦੇ ਵਰਗੇ ਸਾਡੇ ਵੀਰਾਂ ਦਾ ਸੋਨੀ ਵਰਗਿਆਂ ਦਾ ਦਲਜੀਤ ਸਿੰਘ ਤੇ ਬਲਜੀਤ ਸਿੰਘ ਭਾਈ ਆਪਣੇ ਮਿਸਤਰੀਆਂ ਦੇ ਮੁੰਡੇ ਘਰੇ ਜਾ ਵੜਨ ਜਿੱਥੇ ਹੀ ਵਾਸ ਹੁੰਦੇ ਦਲਜੀਤ ਸਿੰਘ ਤੇ ਬਲਜੀਤ ਸਿੰਘ ਜਲਦੀ ਦੇ ਨਾਲ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਜਿਹੜਾ ਦਰਸ਼ਕ ਵੀਰਾਂ ਦਾ ਲਿੰਕ ਗਰਾਊਂਡ ਦੇ ਨਾਲ ਬਣਿਆ ਹੋਇਆ ਹੈ ਉਹ ਇਸੇ ਤਰ੍ਹਾਂ ਆਪਾਂ ਬਣਾਈ ਰੱਖੀਏ ਜੋ ਸਵਾਦ ਦਰਸ਼ਕਾਂ ਨੂੰ ਖੇਡ ਕਬੱਡੀ ਦਾ ਆ ਰਿਹਾ ਹੈ
तो इसे तरह स्वाद जिहड़ा आउंदा रहे जो सरूर कबड्डी का जिहड़ा सारे दर्शकों आ रहा है वो इसे तरह खेड कबड्डी का सरूर मेरे वीरो आउंदा रहे। जिहड़े दर्शक वीर दूर दूर तो आए हैं अज कोट करोड़ की धरती है कल कहते जिला बरनाले का बड़बर पिंड बड़ा मशहूर है उसे बेस्ट रेडर से बेस्ट जाफी मेरे वीरो मोटरसाइकिल दिते जाएंगे। इसे तरह 18 तरीक शकूर की 15 तरीक लंगियाने की 21 तरीक बुनिया वाला 25 तरीक टीमा वाली फिर मेरे वीरो 26 तरीक प्रसिद्ध कबड्डी का बुलारा कबड्डी का कहते स्टार जाफी लोपो वाला गगी ते अमन लोपो वाला आप सब सदे दे रहा है 26 तरीक न पिंड पद्धर के मुकाबले करवाए जाएंगे। सारे मेरे वीर उस टूरनामेंट भी पुज गए आप उस टूरनामेंट हेलो हेलो हाँ जी रेफरी का फैसला डल है जे नहीं मानते तो छड़ दो इत्थे ही अगली मैच दीआं टीमां पड़ाणा ते सनेर जल्दी ना खेड मैदान दे विच पुज्जण। हैलो पड़ाणा ते सनेर रेफरी दा फैसला टल है जी मेरी बेनती है जल्दी नाल जिहड़ा मैच शुरू करवा दिता जावे। पड़ाणा ते सनेर दीआं टीमां अगले मैच लई तैयार रहण। हैलो ओ मेरी हाथ बन के बेनती है हैलो हैलो ग्राउंड दे विच पिंदे इधर आ जाओ तुसीं इधर आ जाओ मेरे वाले पासे आ जाओ इधरली टीम दी रेड शुरू कराओ जी ओ जिहड़ा पॉइंट जो देता रैफरी ने अटल आहो इधरली टीम दा रेड करो मिनट मारो टाइम की कदर करो जो रैफरी ने कहता ठीक है यार रैफरी साहब रेड पाओ जे नहीं खेलते तो गल मुक्की है जी शुरू करा रैफरी साहब केड़े ने ਉਹ ਯਾਰ ਮੇਰੇ ਬਾਗ ਤਾਂ ਬਾਲ ਯਾਰ ਬਾਹਰ ਚਲੋ ਜਿੰਨੇ ਫਾਲਤੂ ਮੈਨੂੰ ਤਾਂ ਪਤਾ ਨਹੀਂ ਰੈਫਰੀ ਕਿਹੜੇ ਆ ਦੂਜੇ ਕਿਹੜੇ ਆ ਇੱਕ ਉਹ ਪਿੰਦੇ ਯਾਰ ਇੱਧਰ ਆ ਜਾਓ ਜਦੋਂ ਇਹਨਾਂ ਨਾਲ ਗੱਲਾਂ ਕਰ ਉਹ ਰੈਫਰੀ ਸਾਹਿਬ मैच शुरू करा दे यार सारे भाई बाहर हो जाओ बाहर हो जाओ बाहर हो जाओ जिन्ने मेरे वीर है साड़ी कमेटी मैंबर भी जिन्ने बच्चे फिरते मेहरबानी करके बाहर आ जाने बाहर आ जाओ भाई जी जे जेड़े चापिया खड़ो रेड पाउन लगा वो पैण का फैसला ही बाद करांगे पहले रेड करो नहीं करना असीं तुहानूं एक मिनट दिता नहीं करना टीम जेतू करार दे देनी है ठीक है सानूं कोई मैनू नहीं हो जा जब हाथ नहीं लगा वो सौं खाई जांदा फिर गल रेड कड़ी हुई मैं उत्थे कोले खड़ा इस रेड दे थोड़ा तो कोई गल ही कुछ नहीं यार बिना वजह ही रौला पाई जाने रेड पा दे जे नहीं खड़ते तो बेशक उन्होंने नहीं खड़ते जेतू करार दे देना इन्हों का यो काम ही होंगे प्लेयर का यदि रेड पा दो वो तो उन्हें उस टीम ने बाहर नहीं देना जी टीम ने रेड पानी है हम थोड़ा पहला कहता वो टीम बच्चे खड़ूगी आपकी ग्राउंड च जी टीम ने रेड पानी है जाफी आपके जाफ वाले पॉइंट से जान रेड आपके रेड वाले पॉइंट से जान चंदी
जेड़े जाफी जाफी है ना रेड रेडर रेड पॉइंट दे चले। हाँ मैं पूछ लेना जी नहीं रेड करनी जेतू करार देने सानू कोई इतना तराज नहीं। हाँ नहीं खड़े भाई जी रेफरी साहब उन्होंने जेतू करार दे दो अनाउंस कर दे रेफरी साहब। यूनियन बनाने की कोशिश की असं किसी भी मैच टूरनामेंट नहीं खेलने देना टीम आप जोर ला लेना पवान मेरे पिंड के प्लेयर ही है जो थोड़ी मेहनत करी जाते असं मेहनत नहीं करनी असं कमेटी वाले हैं मैं हरेक टूरनामेंट से पहुंचू इस टीम की खातर हरेक थानी टीम खेलने देनी जिते मर्जी जोर ला लेना जी टीम ने आज साढ़े काम खराब किया सनेर से पढ़ा जल्दी आ जाओ टीम सनेर से पढ़ा। मैं हथ बन के बेनती करता आपके पिंड के जिन्हें कमेटी मैंबर आ चाहे दूसरे आ बिना रैफरिया तो पॉइंट तो सारे ग्राउंड तो बहर हो जाओ। लखा कैशियर साडा कित्थे है लखा कैशियर जिथे भी है अनामा को आज माड़ा जा जल्दी ना मैच जिहड़ा शुरू करवाता जाए सनेर ते पड़ाणी दीआं टीमां दे दरमियान क्वार्टर फाइनल मैच है। इस तों बाद मेरी बेनती है भी अगलियां टाइयां पा दित्तियां जाण पिंदे होणी साडे वीर पाणी जिन्हां वीरां दी ड्यूटी है ग्राउंड दे विच पाणी जरूर पुजदा कर दित्ता जाए। जल्दी ना मैच शुरू करा दो जी। एक पासे टीम जेड़ी पढ़ाने दी उस स्टेज वाली साइड और दूसरे पासे मेरे वीरो टीम जेड़ी पहुंच चुकी है वो है सनेर पिंड दी। दोनों टीमों के दरमियान तकड़ा मैच खेड कबड्डी का शुरू होने जा रहा है कि खेड खेडा विचों वड्डी जी नूं आखदे कबड्डी खेडी जांदी लागे पूरा एतान मित्रों कबड्डी भंगड़ा पंजाबियों की शान मित्रों कबड्डी भंगड़ा पंजाबियों की शान मित्रों मूव स्प्रे खेड मैदान दे विच पुजदी कर दित्ती जावे मेरी बेनती है। लाओ इसले एक पासे टीम पड़ाने दी वो टीम मेन स्टेज वाली साइड ते दूसरे पासे टीम जिहड़ी सनेर दी है लाओ सोनू इसले सनेरा वाला खेड मैदान दे विच कबड्डी पाउण दे लई बधिया होया एक कन्नी ते कहिंदे नौजन गोरा है ते दूसरी कन्नी ते भी गोरा बचकार बदेशा ते नौजन रवि ला चाहुंदी चैन दे विच किहो जी गल हुंदी है भई हुई कबड्डी ते ला बोलिया होया धावा ते सामने वेखो भी नौजन रवि दे नाल मुकाबला मेरे वीरो पढ़ाने की धरती है पुट्टो पढ़ाने वाला कहिंदे बड़ा घाटा पा गया खेड कबड्डी नूं ला उसे पिंड दा नौजन रवि बहुत तकड़ा जफा ला के अपनी टीम दे सिर लखा जिहा पॉइंट जोड़दा होया अगली कबड्डी पाउण दे लई नौजन कहिंदे कबड्डी दा सुपरस्टार धावी सैमी दीआं टांगां कढ़न लगे जी सेमीफाइनल मैच दीआं टांगां कढ़न लगे आ टीमां दा प्लेयर आ गए स्टेज कोल पहुंच जाण मैच आपां जल्दी दे नाल शुरू करवाउणे आ टाइयां जिहड़ियां नाल दी नाल कढ़ दिओ क्योंकि आपां कोई दो राय नहीं करनी ना ही अपने पिंड दी टीम है। लो खेड मैदान दे विच आपां वेखीए इस वेले जगमीत पढ़ाने वाला कहते पहले मैच भी जी बहुत तगड़िया कबड्डिया पाइया ते हुण भी कहते बहुत सोहनिया कबड्डिया पाउण दी आस है इस कबड्डी खिडारी तो मेरे वीरो जगमीत बहुत सोहना कबड्डी खिडारी पॉइंट लेके वापस गया उच्चे लंबे कद वाला। लो अगली रेड खेड मैदान दे विच सनेरा वल्लों पैणी है लोपो वाला गल करू इस नौजन खेड कबड्डी दी मेरे वीरो लो इसे लई कहते नौजन राजू खेड मैदान दे विच कबड्डी पाउण दे लई सनेर पिंड दा वधिया होया चार जाफी बिल्कुल तैयार ने कौन गुट फड़दा कौन लत्ती लगदा कौन मूरे होके करा टाइम अपनी टीम लई लखा जा पॉइंट जोड़ेगा गल समय दी है। लाओ सामने वेखदा भी गोरा ये भी इंग्लैंड के खेड मैदान खेडन वाला
कबड्डी का कमाल का जाफी पढ़ाने के कंते का चंडा होया खिडारी ला तगड़ा जफा अपनी टीम ले लखा जा पॉइंट जोड़ता पढ़ाने की टीम का रवि जिन्हें भी जफे लाऊगा पाल ते वीरपाल वालों उन्हें ही 100 रुपया नाग के नाम दिता जाऊगा पढ़ाने का रवि ला मन्ना इस वेले अगली कबड्डी पाउण दे लई बाबा होया एक रशीन पिंड का मशहूर है ते सामने वेखो हैलो कुलविंदर सिंह जी प्रधान जिन्होंने साढ़े टूरनामेंट लई 71,000 का योगदान दिता जे इत्थे आ गए हुण तां मंच ते पहुंच जाण कुलविंदर सिंह जी प्रधान प्रबंधकी चूर चक ते हरदास मैनु मैच आ दोनों टीम ग्राउंड च आ जाण चूर चक ते हरदास हैलो जिहड़ी इन्हां चो टीम जेतू ओहदा मैच जंगियां ने नाल होऊगा बई कमेटी वल्लों चक ते हरदासे दीआं टीमां जल्दी नाल पहले सैमीफाइनल मैच लई खेड मैदान दे विच पुज्जण हैलो चूर चक ते हरदास ਬਈ ਕਮੇਟੀ ਵੱਲੋਂ ਸੈਮੀਫਾਈਨਲ ਟੀਮਾਂ ਨੂੰ ਬੇਨਤੀ ਹੈ ਵੀ ਜੇ ਜਰਾ ਕੁ ਸ਼ੱਕ ਪਿਆ ਵੀ ਟੀਮਾਂ ਰਲ ਕੇ ਖੇਡ ਰਹੀਆਂ ਤਾਂ ਦੋਨੇ ਟੀਮਾਂ ਸਕ੍ਰੈਚ ਕਰ ਦਿੱਤੀਆਂ ਜਾਣਗੀਆਂ ਲਓ ਇਸ ਲਈ ਪਈ ਹੋਈ ਕਬੱਡੀ ਕਹਿੰਦੇ ਵੀ ਜਗਮੀਤ ਪੜਾਣੇ ਵਾਲੇ ਦੀ ਮੇਰੇ ਵੀਰੋ ਰੇਡਰ ਬੜਾ ਸਿਆਣਾ ਪਿੰਡ ਯਾਰੋ ਪੜਾਣਾ ਖੇਡ ਕਾਉਂਡੀ ਨਾਲ ਦਿਲ ਤੋਂ ਪ੍ਰੀਤ ਆ ਸਟਾਰ ਕਬੱਡੀ ਦਾ ਕਹਿੰਦੇ ਜਗਮੀਤ ਸਟਾਰ ਕਬੱਡੀ ਦਾ ਕਹਿੰਦੇ ਜਗਮੀਤ ਵਾਕਈ ਸਟਾਰ ਹੈ ਕਬੱਡੀ ਦਾ ਨੌਜਵਾਨ ਇੰਗਲੈਂਡ ਸਟਾਰ ਖੇਡਿਆ ਕੈਨੇਡਾ ਸਟਾਰ ਖੇਡਿਆ ਮੇਰੇ ਵੀਰੋ ਜਗਮੀਤ ਪੜਾਣੇ ਵਾਲਾ ਚੂੜ ਚੱਕ ਤੇ ਹਰਦਾਸਾ ਇੱਕ ਮਿੰਟ ਦੇ ਵਿੱਚ ਵਿੱਚ ਦੋਨੋਂ ਟੀਮਾਂ ਪਹਿਲੇ ਸੈਮੀਫਾਈਨਲ ਮੈਚ ਦੇ ਲਈ ਗਰਾਊਂਡ ਦੇ ਵਿੱਚ ਪੁੱਜ ਜਾਣੀਆਂ ਚਾਹੀਦੀਆਂ ਚੂੜ ਚੱਕ ਵਰਸੇ ਹਰਦਾਸਾ ਜੰਗੀਆਣਾ ਤੇ ਇਹਨਾਂ ਦੇ ਵਿੱਚ ਜਿੱਤਣ ਵਾਲੀ ਟੀਮ ਦਾ ਦੂਜਾ ਸੈਮੀਫਾਈਨਲ ਮੈਚ ਹੋਣਾ ਹੈ ਤੇ ਨਾਲ ਇੱਕ ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ ਜੋ ਰੈਫਰੀ ਦਾ ਫੈਸਲਾ ਹੈ ਉਹ ਅੰਤਮ ਹੋਣਾ ਹੈ ਕੋਈ ਵੀ ਮੇਰਾ ਵੀਰ ਕਿੰਤੂ ਪਰੰਤੂ ਨਾ ਕਰੇ ਕੋਈ ਵੀ ਮੇਰਾ ਵੀਰ ਕਿੰਤੂ ਪਰੰਤੂ ਨਾ ਕਰੇ ਲਓ ਖੇਡ ਮੈਦਾਨ ਦੇ ਵਿੱਚ ਪੜਾਣੇ ਵੱਲੋਂ ਕਬੱਡੀ ਪੈ ਚੁੱਕੀ ਮੇਰੇ ਵੀਰੋ ਉਧਰ ਵੇਖਦਾ ਵੀ ਹਨੇਰਾ ਹੋ ਚੁੱਕਿਆ ਭਾਵੇਂ ਵਿਦੇਸ਼ਾਂ ਦੀ ਧਰਤੀ ਤੇ ਦਿਨ ਚੜ੍ਹ ਚੁੱਕਿਆ ਪਰ ਮੇਰੇ ਵੀਰੋ ਪੰਜਾਬ ਇੱਕ ਇਹੋ ਜਿਹਾ ਸੂਬਾ ਜਿੱਥੇ ਰਾਤ ਨੂੰ ਵੀ ਕਬੱਡੀ ਹੁੰਦੀ ਹੈ ਡੇ ਨਾਈਟ ਕਬੱਡੀ ਹੋਣ ਲੱਗ ਪਈ ਹੈ ਔਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਹਰਦਾਸਾ ਵਰਸੇ ਚੂੜ ਚੱਕ ਦੂਸਰਾ ਸੈਮੀਫਾਈਨਲ ਜੰਗੀਆਣਾ ਵਰਸੇ ਇਹਨਾਂ ਦੇ ਵਿੱਚੋਂ ਜਿੱਤਣ ਵਾਲੀ ਟੀਮ ਦਾ ਮੇਰੇ ਵੀਰੋ ਲਓ ਸੁਨਹਿਰਾ ਪਿੰਡ ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦਾ ਪਿੰਡ ਹੈ ਇੱਕ ਪਾਸੇ ਮਰੂੜ ਵਾਲਾ ਗੋਰਾ ਇੰਗਲੈਂਡ ਦੀ ਡਰਬੀ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਔਰ ਦੂਸਰੇ ਪਾਸੇ ਸੁਨਹਿਰਾ ਵਾਲਾ ਫੜਿਆ ਹੋਇਆ ਗੁੱਟ ਹੈ ਚੱਪਾ 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 ਚਰਖਾ ਚੱਲਣ ਵਾਲੀ ਗੱਲ ਮੇਰੇ ਵੀਰੋ ਤੇ ਨਾਲ ਲਿਆਕਤ ਅਲੀ ਦਾ ਫੈਸਲਾ ਹੋ ਚੁੱਕਿਆ ਹੈ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਕਿ ਰੇਡਰ ਦੇ ਲਈ ਭਾਅ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਨੱਪੇ ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੜਦੀ ਰੇਡ ਨੱਪੇ ਉਧਰ ਬੱਬਲ ਬਰਾੜ ਜੀ ਤੇ ਨਾਲ ਕਹਿੰਦੇ ਜੱਗੀ ਡੀ ਜੀ ਨਾਲ ਪਿੰਦਾ ਜਲਾਲ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ ਸਾਡੇ ਵੀਰ ਉਹਨਾਂ ਨੂੰ ਵੀ ਇੱਥੇ ਪੁੱਜਣ ਤੇ ਜੀਆ ਨੂੰ ਆਖਦੇ ਆ ਸੁਨਹਿਰਾ ਵਾਲੇ ਨੌਜਵਾਨ ਦੇ ਲਈ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ 100 ਰੁਪਈਏ ਦਾ ਮਾਨ ਸਨਮਾਨ ਪੁੱਜਦਾ ਕਰਦੇ ਆ ਦਰਸ਼ਨ ਸਿੰਘ ਜੀ ਇਸ ਆਈ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਕਿਉਂਕਿ ਆਪ ਕਬੱਡੀ ਖੇਡੀ ਹੈ ਆਪ ਸਾਫ਼ ਸੁਥਰੀ ਕਬੱਡੀ ਖੇਡੀ ਹੈ ਜਦੋਂ ਕੋਈ ਡਿਸਪਿਊਟ ਹੋ ਜਾਂਦਾ ਮੇਰੇ ਵੀਰੇ ਤੇ ਪੁਰਾਣੇ ਪਲੇਅਰਾਂ ਨੂੰ ਗੁੱਸਾ ਆ ਹੀ ਜਾਂਦਾ ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਵਿਦੇਸ਼ਾ ਬਹੁਤ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਦੂਸਰੇ ਪਾਸੇ ਸਿੱਖ ਸਰਦਾਰ ਲੈ ਵੀ ਨੌਜਵਾਨਾਂ ਵਾਹਿਗੁਰੂ ਮਿਹਰ ਕਰੇ ਕਿ ਐਸਾ ਆਵੇ ਕੋਈ ਬਲੀ ਪੈਗੰਬਰ ਜੋ ਰੋਕੇ ਲੱਗਦੀਆਂ ਸੱਟਾਂ ਨੂੰ ਵੀਜੇ ਹੋ ਜਾਣ ਖੁੱਲੇ ਡੁੱਲੇ ਕੋਈ ਰੋਕੇ ਨਾ ਜੰਜੂਏ ਤੇ ਪੱਟਾਂ ਨੂੰ ਛਾਤੀਆਂ ਹੋ ਜਾਣ ਗੱਜ ਗੱਜ ਚੌੜੀਆਂ ਨਜ਼ਰ ਨਾ ਲੱਗੇ ਪੱਟਾਂ ਨੂੰ ਵਿੱਚ ਓਲੰਪਿਕ ਕੌਡੀ ਖੇਡੇ ਅਮਨਿਆ ਖਿੱਚੇ ਨਾ ਕੋਈ ਲੱਤਾਂ ਨੂੰ ਅਮਨਿਆ ਖਿੱਚੇ ਨਾ ਕੋਈ ਲੱਤਾਂ ਨੂੰ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਪੜਾਣੇ ਵੱਲੋਂ ਕਹਿੰਦੇ ਕਬੱਡੀ ਪੈ ਚੁੱਕੀ ਹੈ ਤੇ ਹਲਕਾ ਜਿਹਾ ਟੱਚ ਤੇ ਪੁਆਇੰਟ ਮੇਰੇ ਵੀਰੋ ਇਸ ਲਈ ਇੱਧਰ ਸਰਦਾਰ ਬਲਦੇਵ ਸਿੰਘ ਜੀ ਨੰਬਰਦਾਰ 100 ਰੁਪਈਏ ਦੇ ਮਾਨ ਸਨਮਾਨ ਪੁੱਜਦੇ ਕਰਦੇ ਆ ਪੜਾਣੇ ਵਾਲੇ ਗੱਭਰੂ ਦੇ ਲਈ ਇੱਧਰ ਸੁਨਹਿਰ ਦੀ ਟੀਮ ਦੇ ਗੱਭਰੂਆਂ ਦੇ ਲਈ ਬਲਦੇਵ ਸਿੰਘ ਜੀ ਨੰਬਰਦਾਰ 100 ਰੁਪਈਏ ਦੇ ਮਾਨ ਸਨਮਾਨ ਪੁੱਜਦੇ ਕਰਦੇ ਆ ਹਰਦਾਸਾ ਤੇ ਚੂੜ ਚੱਕ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਪੜਾਣਾ ਵਰਸੇ ਜੰਗੀਆਣਾ ਦੂਜਾ ਸੈਮੀਫਾਈਨਲ ਹਰਦਾਸਾ ਤੇ ਚੂੜ ਚੱਕ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਹੈਲੋ ਉਹ ਕਮੇਟੀ ਦੇ ਕਿਸੇ ਵੀ ਬੰਦੇ ਕੋਲੇ ਕਮਰੇ ਦੀ ਚਾਬੀ ਆ ਉਹ ਪਤਾ ਨਹੀਂ ਲੱਗ ਰਿਹਾ ਉਹ ਆ ਕੇ ਮੜਾ ਜਿਹਾ ਸਟੇਜ ਤੇ ਦੱਸੇ ਵੀ ਕਿਹਦੇ ਕੋਲੇ ਚਾਬੀ ਹੈ ਮੇਰੀ ਬੇਨਤੀ ਹੈ ਚੂੜ ਚੱਕ ਤੇ ਹਰਦਾਸੇ ਦੀਆਂ ਟੀਮਾਂ ਨੂੰ ਜਲਦੀ ਨਾਲ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਚੂੜ ਚੱਕ ਤੇ ਹਰਦਾਸੇ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਚੂੜ ਚੱਕ ਤੇ ਹਰਦਾਸਾ ਪੜਾਣਾ ਵਰਸੇ ਜੰਗੀਆਣੇ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਪੜਾਣਾ ਵਰਸੇ ਜੰਗੀਆਣੇ ਦਾ ਦੂਜਾ ਸੈਮੀ ਪਹਿਲਾ ਸੈਮੀ ਹਰਦਾਸਾ ਵਰਸੇ ਚੂੜ ਚੱਕ ਦੀਆਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਵਿੱਚ ਪੁੱਜਣ ਹਰਦਾਸਾ ਵਰਸੇ
ਪਾਸਾ ਵਰਸੇ ਚੂੜ ਚੱਕ ਹਰਦਾਸਾ ਤੇ ਚੂੜ ਚੱਕ ਜਲਦੀ ਦੇ ਨਾਲ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹਰਦਾਸਾ ਵਰਸੇ ਚੂੜ ਚੱਕ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਗਰਾਊਂਡ ਦੇ ਵਿੱਚ ਪਾਣੀ ਜ਼ਰੂਰ ਪੁੱਜਦਾ ਕਰ ਦਿਓ ਜੀ ਜਿਹੜੇ ਮੇਰੇ ਵੀਰ ਦੀ ਡਿਊਟੀ ਹੈ ਹਰਦਾਸੇ ਨੂੰ ਬੇਨਤੀ ਆ ਵੀ ਇਹ ਛੇਤੀ ਛੇਤੀ ਗਰਾਊਂਡ 'ਚ ਆਵੇ ਹਰਦਾਸੇ ਇੱਧਰ ਕਾਲੀਏ ਵਾਲਾ ਸਾਡਾ ਵੀਰ ਅਨਾਊਂਸਰ ਹੈ ਮਹੇਸ਼ਰੀ ਸੰਧੂਆਂ ਦੇ ਕਬੱਡੀ ਟੂਰਨਾਮੈਂਟ ਦੇ ਕਹਿੰਦੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਏ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਮਾਨ ਸਨਮਾਨ ਕੀਤੇ ਅਤੇ ਕਾਲੀਏ ਵਾਲਾ ਸਾਡਾ ਵੀਰ ਕੁਲਦੀਪ ਸਵੇਰ ਤੋਂ ਲੈ ਕੇ ਸੇਵਾਵਾਂ ਦਿੱਤੀਆਂ ਨੇ ਇਸ ਮਾਈਕ ਤੋਂ ਬਹੁਤ ਬਹੁਤ ਧੰਨਵਾਦ ਹਰਦਾਸਾ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ ਹਰਦਾਸਾ ਖੜਾਏ ਜਾਣਗੇ ਸੈਮੀ ਫਾਈਨਲ ਮੈਚ ਕਿ ਸਾਨੂੰ ਪਤਾ ਲੱਗਾ ਕੋਈ ਟੀਮ ਰਲੀਆਂ ਤੇ ਦੋਨੇ ਸਕਰੈਚ ਕਰ ਦੇਣਗੇ ਗਰਾਊਂਡ ਦੇ ਵਿੱਚ ਪਾਣੀ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ ਜੀ ਗਰਾਊਂਡ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਘਾਟ ਹੈ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿੱਤਾ ਜਾਵੇ ਤਾਂ ਕਿ ਆਪਾਂ ਇਹਨਾਂ ਖਿਡਾਰੀਆਂ ਨੂੰ ਪਾਣੀ ਪਿਆ ਸਕੀਏ ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰ ਦਿਓ ਹਰਦਾਸੇ ਦੀ ਟੀਮ ਦੇ ਲਈ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆਵੇ ਆਪਾਂ ਉਹਨਾਂ ਦਾ ਸੈਮੀ ਫਾਈਨਲ ਪਹਿਲਾ ਸੈਮੀ ਫਾਈਨਲ ਹਰਦਾਸਾ ਵਰਸੇ ਚੂੜ ਚੱਕ ਦੂਸਰਾ ਸੈਮੀ ਫਾਈਨਲ ਪੜਾਣਾ ਵਰਸੇ ਜੰਗੀਆਣੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਇਹ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਹਰਦਾਸੇ ਦੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਪਹੁੰਚੇ ਹਰਦਾਸੇ ਦੀ ਟੀਮ ਜਲਦੀ ਨਾਲ ਗਰਾਊਂਡ 'ਚ ਆ ਜਾਏ ਹੈਲੋ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਹੈ ਸੈਮੀ ਫਾਈਨਲ ਮੈਚ ਸੌਂਹ ਪਵਾ ਕੇ ਖਿਡਾਏ ਜਾਣਗੇ ਕਮੇਟੀ ਦਾ ਫੈਸਲਾ ਜੀ ਮੇਰੀ ਬੇਨਤੀ ਹੈ ਜਲਦੀ ਨਾਲ ਮੈਚ ਸ਼ੁਰੂ ਕਰਾ ਦਿਓ ਜਲਦੀ ਨਾਲ ਮੈਚ ਸ਼ੁਰੂ ਕਰਾ ਦਿਓ ਪੜਾਣਾ ਤੇ ਜੰਗੀਆਣਾ ਇਹ ਵੀ ਟੀਮਾਂ ਅਗਲੇ ਮੈਚ ਦੀਆਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਪੜਾਣਾ ਤੇ ਜੰਗੀਆਣਾ ਹਰਦਾਸੇ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ ਹਰਦਾਸਾ ਹਰਦਾਸੇ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਾਵੇ ਹਰਦਾਸੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਜਲਦੀ ਨਾਲ ਇਹ ਟੀਮ ਪੁੱਜਾਵੇ ਪਾਣੀ ਖੇਡ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦਾ ਕਰ ਦਿੱਤਾ ਜਾਵੇ ਉੱਧਰ ਪੰਜਾਬ ਲਾਈਵ ਨੰਬਰ 1.com ਤੇ ਜਿੰਨੇ ਦਰਸ਼ਕ ਵੀਰ ਜੁੜੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਜਰ ਸਿੰਘ ਬਰਾੜ ਹੋਣੀ ਕਰਮਪਾਲ ਸਿੱਧੂ ਹੋਣੀ ਜਲੰਧਰ ਸਿੰਘ ਸਿੱਧੂ ਗੁਰਲਾਲ ਮਾਣੂਕੇ ਔਰ ਨੱਬੀ ਨੰਗਲ ਹੋਣੀ ਸੁੱਖੇ ਧਾਲੀਵਾਲ ਹੋਣੀ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਵਾਲੇ ਮੋਹਣਾ ਲੀਲਾ ਵਾਲ ਸੈਂਡੀ ਮਾਨ ਜੀਵਨ ਟਵਾਣੇ ਹੋਣੀ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਨ ਜੀ ਇੱਕ ਮਿੰਟ ਕਹਿੰਦੇ ਬੜੀ ਖੁਸ਼ੀ ਵਾਲੀ ਗੱਲ ਆ ਪੰਜਾਬ ਦੇ ਪ੍ਰਸਿੱਧ ਬੁਲਾਰੇ ਗੁਰਚਰਨ ਸੁਨੇਰ ਵੀ ਤੇ ਰਾਜਵੀਰ ਸਿੰਘ ਵਾਲਾ ਉਹਨਾਂ ਨੂੰ ਕਹਿੰਦੇ ਵਟੋਏ ਦੀ ਧਰਤੀ ਦੇ ਦੋ ਮੋਟਰਸਾਈਕਲ ਦਿੱਤੇ ਜਾਣੇ ਆ ਸਰਦਾਰ ਬਲਜਿੰਦਰ ਸਿੰਘ ਜੀ ਸੰਧੂ ਸਾਹਿਬ ਤੇ ਹਰਪਾਲ ਸਿੰਘ ਜੀ ਮਰਖਾਈ ਵਾਲੇ ਸਰਪੰਚ ਸਾਹਿਬ ਉਹਨਾਂ ਵੱਲੋਂ ਦੋ ਮੋਟਰਸਾਈਕਲ ਜਾਣਗੇ ਅਮਨ ਜੀ ਕੈਰੀ ਆਨ ਉਧਰ ਮੁਬਾਰਕਬਾਦ ਹੈ ਸਾਡੇ ਦੋਨਾਂ ਕਬੱਡੀ ਦੇ ਕਮੈਂਟੇਟਰਾਂ ਦੇ ਲਈ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਇਹ ਮੈਚ ਬਾਰੇ ਦੇਖਣ ਯੋਗ ਹੈ ਦੋ ਸੈਮੀ ਫਾਈਨਲ ਤੇ ਇੱਕ ਫਾਈਨਲ ਮੈਚ ਤੁਸੀਂ ਸਵੇਰ ਤੋਂ ਮੈਚਾਂ ਦਾ ਆਨੰਦ ਮਾਣ ਰਹੇ ਹੋ ਔਰ ਇਹਨਾਂ ਮੈਚਾਂ ਦੇ ਵਿੱਚ ਨਿਚੋੜ ਹੈ ਸਾਰੀਆਂ ਟੀਮਾਂ ਦਾ ਆਪਾਂ ਫਾਈਨਲ ਮੈਚ ਦੇਖ ਕੇ ਜਾਣਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਛੱਡ ਕੰਮ ਕਾਰ ਕਬੱਡੀ ਦੇਖਣ ਲਈ ਆਉਂਦੇ ਆ ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਆ ਲੈਣ ਮੈਚਾਂ ਦੇ ਨਜ਼ਾਰੇ ਕੋਈ ਬੈਠ ਖੜ ਕੇ ਬੋਲਦਾ ਕਬੱਡੀ ਦਾ ਜਨੂਨ ਅੱਜ ਲੋਕਾਂ ਦੇ ਸਿਰ ਚੜ ਕੇ ਬੋਲਦਾ ਕਬੱਡੀ ਦਾ ਜਨੂਨ ਅੱਜ ਲੋਕਾਂ ਦੇ ਸਿਰ ਚੜ ਕੇ ਹੈਲੋ ਕੁਲਵਿੰਦਰ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ 71,000 ਦਾ ਯੋਗਦਾਨ ਦਿੱਤਾ ਗਿਆ ਸਾਡੀ ਟੂਰਨਾਮੈਂਟ ਕਮੇਟੀ ਨੂੰ ਸੋ ਮੈਂ ਬੇਨਤੀ ਕਰੂੰਗਾ ਟੂਰਨਾਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਕਿ ਉਹ ਗਰਾਊਂਡ ਦੇ ਵਿੱਚ ਆ ਜਾਣ ਗੁਰਜੀਤ ਹੈਗਾ
ਮੇਰੀ ਬੇਨਤੀ ਹੈ ਪਾਣੀ ਖੇਡ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿੱਤਾ ਜਾਵੇ ਲੱਖਾ ਕਰਮਜੀਤ ਸਾਰੇ ਮੈਂਬਰ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹ ਗਰਾਊਂਡ ਦੇ ਵਿੱਚ ਆ ਜਾਣ ਅਸੀਂ ਕੁਲਵਿੰਦਰ ਪ੍ਰਧਾਨ ਕੱਲ ਸੁਣਾਇਆ ਬਈ ਯਾਰ ਕੱਲ ਸੁਣਾਇਆ ਤਾਂ ਸੀਗਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨੇ ਸਾਨੂੰ ਟੂਰਨਾਮੈਂਟ ਦੇ ਲਈ ਮੈਚ ਸ਼ੁਰੂ ਕਰਾ ਦਿਓ ਜਲਦੀ ਨਾ ਹਨੇਰਾ ਕਾਫੀ ਹੋ ਗਿਆ ਹੈ ਹੈਲੋ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਆ ਜੀ ਸੈਮੀ ਫਾਈਨਲ ਮੁਕਾਬਲਾ ਸੋਮਵਾਰ ਕੇ ਖੜਾਏ ਜਾਣ ਕਮੇਟੀ ਦਾ ਫੈਸਲਾ ਜੀ ਸਾਢੇ ਨੌ ਜਾਂ ਦਸ ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜਿੱਤ ਹੋਵੇਗੀ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਗਰਾਊਂਡ 'ਚ ਆ ਜਾਵੇ ਬਾਈ ਹਰਜਿੰਦਰ ਸਾਢੇ ਨੌ ਜਾਂ ਦਸ ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ ਚੂੜ ਚੱਗ ਤੇ ਹਰਦਾਸੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਹਰਦਾਸਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਸਰਦਾਰ ਸਾਧੂ ਸਿੰਘ ਨੇ ਆਪ ਤਕੜੀ ਕਬੱਡੀ ਖੇਡੀ ਤੇ ਪੂਰੀ ਦੁਨੀਆਂ ਦੇ ਵਿੱਚ ਇਸ ਨਗਰ ਦਾ ਨਾਮ ਮਸ਼ਹੂਰ ਕੀਤਾ ਹੈ ਔਰ ਦੂਸਰੇ ਪਾਸੇ ਟੀਮ ਜਿਹੜੀ ਚੂੜ ਚੱਗ ਪਿੰਡ ਮੇਰੇ ਵੀਰੋ ਮੁੱਖ ਮੰਤਰੀਆਂ ਦੀ ਧਰਤੀ ਹੈ ਬੰਤ ਗੋਲੂ ਵਰਗੇ ਗਦਰੀ ਬਾਬਿਆਂ ਦੀ ਧਰਤੀ ਹੈ ਬੰਤ ਗੋਲੂ ਵਰਗੇ ਦੁਨੀਆਂ ਭਰ ਦੇ ਮਹਾਨ ਕਬੱਡੀ ਖਿਡਾਰੀ ਪੈਦਾ ਕੀਤੇ ਹੈ ਸਵਰਨਾ ਵੈਲੀ ਕਹਿੰਦੇ ਕਬੱਡੀ ਦੀ ਲੰਬੀ ਭਾਰੀ ਖੇਡਣ ਵਾਲਾ ਖਿਡਾਰੀ ਹੈ ਚੂੜ ਚੱਕ ਦੇ ਸਵਰਨੀ ਵੈਲੀ ਦਾ ਬਹੁਤ ਵੱਡਾ ਨਾਮ ਹੈ ਕਬੱਡੀ ਜਗਤ ਦੇ ਵਿੱਚ ਪੱਪੂ ਦੇ ਲਾਏ ਹੋਏ ਜਫਿਆਂ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਮੇਰੇ ਵੀਰੋ ਪੱਪੂ ਚੂੜ ਚੱਕ ਦਾ ਕਬੱਡੀ ਦਾ ਕਹਿੰਦੇ ਸਿਰੇ ਦਾ ਜਾਫੀ ਆਹ ਖਿਡਾਰੀ ਦਾ ਕਹਿੰਦੇ ਬੁੱਟਰ ਪਿੰਡ ਹੈ ਮੇਰੇ ਵੀਰੋ ਸੁੱਖਾ ਨਾਮ ਹੈ ਕੈਨੇਡਾ ਦੀ ਧਰਤੀ ਤੇ ਖੇਡਿਆ ਦੌਦਰ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨਿਆ ਗਿਆ ਕਿ ਮਿਲੂ ਬੁਲਟ ਨਾਲੇ ਸਫਾਰੀ ਨਾ ਲੋਪੋ ਵਾਲਾ ਬੋਲੂ ਤੇਰਾ ਵਾਰੀ ਵਾਰੀ ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕਬੱਡੀ ਵੱਲ ਵੀ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕਬੱਡੀ ਵੱਲ ਵੀ ਜਿਹੜੇ ਕਬੱਡੀ ਵੱਲ ਆਏ ਹੈ ਉਹਨਾਂ ਦੀ ਬੱਲੇ ਬੱਲੇ ਹੈ ਨਾ ਸਾਹਮਣੇ ਨੌਜਵਾਨ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਹਰਦਿਆਲ ਸਿੰਘ ਹੈਰੀ ਕਿ ਨਾ ਹਰਦਿਆਲ ਕਰੇ ਕੌਡੀ ਵਿੱਚ ਕਮਾਲ ਆਉਂਦਾ ਨੌਜਵਾਨ ਪੁਆਇੰਟ ਲੈ ਕੇ ਹਰਦਿਆਲ ਹਰਦਾਸੇ ਦਾ ਆਪਣੀ ਟੀਮ ਦੇ ਲਈ ਲੱਖਾ ਜਿਹਾ ਪੁਆਇੰਟ ਜੋੜਦਾ ਚੂੜ ਚੱਕ ਦੇ ਪਿੰਦਰ ਦੀ ਪਾਈ ਹੋਈ ਕਬੱਡੀ ਤੇ ਜਲਾਲ ਪਿੰਡ ਦਾ ਰੁਪਿੰਦਰ ਸਿੰਘ ਗੱਲ ਕਰਦਾ ਹੋਇਆ ਪਿੰਦਰ ਕਹਿੰਦੇ ਨੇ ਵੀ ਚੜ੍ਹਦੀ ਵਰੇਸ ਦਾ ਖਿਡਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਵਰਨੇ ਵੈਲੀ ਵਾਂਗੂ ਵੱਡੀਆਂ ਆਸਾਂ ਨੇ ਲਓ ਅਗਲੀ ਕਬੱਡੀ ਫਿਰ ਵੇਖਦਾ ਵੀ ਸੁੱਖ ਹਰਦਾਸੇ ਵਾਲਾ ਮੇਰੇ ਵੀਰੋ ਆਈ ਕੇ ਸੀ ਕੱਪ ਦੀ ਕਹਿੰਦੇ ਨੀਕਰ ਪਾਈ ਹੈ ਐਸਾ ਇੰਗਲੈਂਡ ਦੀ ਫੈਡਰੇਸ਼ਨ ਨੇ ਸੱਤੇ ਮਠੱਡੇ ਦੀ ਨੁਮਾਇੰਦਗੀ ਦੇ ਹੇਠ ਮੇਰੇ ਵੀਰੋ ਵੱਡਾ ਕੱਪ ਕਰਵਾਇਆ ਤੇ ਇੰਡੀਆ ਦੀ ਟੀਮ ਨੇ ਉਹ ਕੱਪ ਜਿੱਤਿਆ ਇੰਦਰਜੀਤ ਸਿੰਘ ਧੁੱਗੇ ਉਹਨਾਂ ਦੀ ਟੀਮ ਨੇ ਬਬਲ ਸੰਗਰੂਰ ਹੋਣਾ ਨੇ ਉਸ ਟੀਮ ਨੂੰ ਸਪੌਂਸਰ ਕੀਤਾ ਮੇਰੇ ਵੀਰੋ ਸੁਨੇਹਾ ਵਾਲਾ ਕਮੈਂਟੇਟਰ ਉਹਨੂੰ ਬੇਨਤੀ ਕਰਾਂਗੇ 2 ਮਿੰਟ ਲਈ ਮੰਚ ਤੇ ਆ ਜਾਏ ਵੀਰ ਸੁਨੇਹਾ ਵਾਲਾ ਉਹਨੂੰ ਸਨਮਾਨ ਕਰਨਾ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਵੀਰ ਫੋਟੋ ਵਾਲਾ ਉਧਰ ਸਰਦਾਰ ਤੇਜ ਸਿੰਘ ਜੀ ਸਰਪੰਚ ਬਲਟੋਹੇ ਵਾਲੇ ਹਰਦਿਆਲ ਦੇ ਲਈ 100 ਰੁਪਏ ਦੇ ਮਾਨ ਸਨਮਾਨ ਪੁੱਜਦੇ ਕਰਦੇ ਆ ਮੇਰੇ ਵੀਰੋ ਵੀਰ ਫੋਟੋ ਵਾਲਾ ਮੜਾ ਜਾ ਆ ਜਾਵੇ ਇਧਰ ਨੌਜਵਾਨ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਬੋਟਰ ਦਾ ਸੁੱਖਾ ਤੇ ਕਹਿੰਦੇ ਢੋਡੀ ਵਾਲਾ ਚਿੰਮਾ ਬੜਾ ਕਹਿਮ ਜਾਫੀ ਹੈ ਤੇ ਪੁਆਇੰਟ ਸੁੱਖਾ ਬੋਟਰ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਹਰਦਿਆਲ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਗੱਭਰੂ ਮੇਰੇ ਵੀਰੋ ਹਰਦਿਆਲ ਦੀ ਪਈ ਹੋਈ ਕਬੱਡੀ ਜੰਗੀਆਣਾ ਤੇ ਪੜਾਣਾ ਦੋਨੋਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਜੰਗੀਆਣਾ ਤੇ ਪੜਾਣਾ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਉਧਰ ਤੇਜ ਸਿੰਘ ਜੀ ਬਲਟੋਹੇ ਵਾਲੇ ਕਹਿੰਦੇ ਮਾਣ ਸਨਮਾਨ ਕਰ ਰਹੇ ਨੇ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਮੇਰੇ ਪਿੰਡੂ ਜਸ ਹੋਣਾ ਦੇ ਬਿੱਟੂ ਹੋਣਾ ਦੇ ਰਿਸ਼ਤੇਦਾਰ ਨੇ ਜਦ ਕਹਿੰਦੇ ਟਰਾਂਟੋ ਪੁੱਜੀਦਾ ਤਾਂ ਜਸ ਹੋਣੀ ਵੱਡਾ ਮਾਣ ਕਰਦੇ ਹੈ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਵਾਹਿਗੁਰੂ ਮਿਹਰ ਕਰੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਹਰਦਿਆਸੇ ਵਾਲੇ ਹਰਦਿਆਲ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪਿੰਦਰ ਚੂੜ ਚੱਕੀਏ ਨੇ ਪਾਉਣੀ ਹੈ ਕਿ ਉਹ ਵੈਲੀ ਭੱਜ ਤੁਰਿਆ ਜਿੱਤੇ ਮਾਉਣ ਦਾ ਪੰਗਾ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਜਿਵੇਂ ਕਹਿੰਦੇ ਸਵਰਨੇ ਵੈਲੀ ਨੇ ਲੰਬੀ ਪਾਰੀ ਖੇਡੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਿਡਾਰੀ ਤੋਂ ਵੱਡੀਆਂ ਆਸਾਂ ਨੇ ਪੱਪੂ ਦੇ ਜੱਫਿਆਂ ਨੂੰ ਦੁਨੀਆ ਯਾਦ ਕਰਦੀ ਹੈ ਚਿੰਮਾ ਢੁੱਡੀ ਵਾਲਾ ਕਹਿੰਦੇ ਬਿੱਕੀ ਦਾ ਪੇਂਡੂ ਹੈ ਢੁੱਡੀ ਪਿੰਡ ਵੀ ਬੜਾ ਮਸ਼ਹੂਰ ਹੈ ਮੇਰੇ ਵੀਰੋ ਲਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਹ ਸੁੱਖ ਹਰਦਾਸੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਰਚਾ ਮੁੰਡੇ ਦੀ ਚਾਰੇ ਪਾਸੇ ਸਾਧੂ ਸਿੰਘ ਦੇ ਘਰ ਜੰਮਿਆ ਵਿੱਚ ਹਰਦਾਸੇ ਖੇਡ ਦੇ ਮੈਦਾਨਾਂ ਵਿੱਚ ਯਾਰੋ ਬੁੱਕ ਦਾ ਨਾਮ ਹੈ 17 ਵਿੱਚ ਯਾਰੋ ਸੁੱਖ ਦਾ ਨਾਮ ਹੈ 17 ਵਿੱਚ ਯਾਰੋ ਸੁੱਖ ਦਾ 17 ਵਿੱਚ ਨਾਮ ਹੈ ਇਸ ਕਬੱਡੀ ਖਿਡਾਰੀ ਦਾ
ਤੇ ਸਾਹਮਣੇ ਵੇਖੋ ਵੀ ਇਸ ਵੇਲੇ ਜਾਫੀ ਦੀ ਕੋਸ਼ਿਸ਼ ਗੁਰਮੁਖ ਸਿੰਘ ਸੋਢੀ ਵਾਲੇ ਦਾ ਫੈਸਲਾ ਕਰਦਾ ਵੀ ਇਹ ਪੁਆਇੰਟ ਜਿਹੜਾ ਬਿੱਟੂ ਚੂੜ ਚੱਕਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਚੜ੍ਹਤ ਬੜੀ ਆ ਰੇਟਰ ਵੀ ਬਿੱਟੂ ਸਮਰਾਲੇ ਦੀ ਕਿਆ ਬਾਤਾਂ ਹੈ ਜਾਫ ਸਿਕੰਦਰ ਕੰਜਲੀ ਵਾਲੇ ਦੀ ਪੱਪੂ ਚੂੜ ਚੱਕੀ ਆ ਮੂਹਰੇ ਹੋ ਹੋ ਘੇਰਦਾ ਗੁੱਟ ਨਹੀਂ ਹੱਥ ਵਿੱਚ ਆਉਂਦਾ ਗੱਬਰ ਵਰਗੇ ਸ਼ੇਰ ਦਾ ਲਓ ਸੁੱਖਾ ਬੁੱਟਰ ਦਾ ਪਾਉਂਦਾ ਹੋਇਆ ਕਬੱਡੀ ਤੇ ਜਾਫੀ ਦੀ ਟਰਾਈ ਤੇ ਸੁੱਖੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹਰਦਿਆਲ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਿਦਮਾ ਦੇ ਚੈਨੇ ਦੀ ਟੀਮ ਦਾ ਖਿਡਾਰੀ ਕਹਿੰਦੇ ਇਸ ਵੇਲੇ ਕਬੱਡੀ ਪਾਉਣ ਦੀ ਤਿਆਰੀ ਕਰ ਰਿਹਾ ਸਾਧੂ ਸਿੰਘ ਦਾ ਕਹਿੰਦੇ ਨੇ ਵੀ ਪੁੱਤਰ ਕਬੱਡੀ ਪਾਉਣ ਦੀ ਤਿਆਰੀ ਕਰ ਰਿਹਾ ਇਸ ਵੇਲੇ ਹਰਦਿਆਲ ਹਰਦਾਸੇ ਵਾਲਾ ਕੈਨੇਡਾ ਦੀ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਕਹਿੰਦੇ ਇੰਗਲੈਂਡ ਦੀ ਸਲੋ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਤੁਹਾਡੇ ਸਾਹਮਣੇ ਮੇਰੇ ਵੀਰੋ ਤੁਹਾਡੇ ਜ਼ਿਲ੍ਹੇ ਦਾ ਖਿਡਾਰੀ ਜ਼ਿਲ੍ਹਾ ਫਿਰੋਜ਼ਪੁਰ ਦਾ ਖਿਡਾਰੀ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਨੌਜਵਾਨ ਗੱਭਰੂ ਚਾਰ ਜਾਫੀ ਚਾਰਾਂ ਜਾਫੀਆਂ ਦੇ ਵਿੱਚੋਂ ਕਹਿੰਦੇ ਬਿੱਟੂ ਨਹੀਂ ਰਿਸਾ ਇਹ ਇੰਦੂ ਆ ਨੌਜਵਾਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਮੁਕਾਬਲਾ ਸਖਤ ਹੈ ਪੁਆਇੰਟ ਜਿਹੜਾ ਹਰਦਾਸੇ ਵਾਲੇ ਹਰਦਿਆਲ ਦੇ ਹਿੱਸੇ ਜਾ ਜੁੜਿਆ ਪੜਾਣਾ ਤੇ ਜੰਗੀਆਣੇ ਦੀ ਟੀਮ ਦੇ ਲਈ ਅੱਧੇ ਮਿੰਟ ਦਾ ਸਮਾਂ ਹੈ ਦੋਨੋਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਤੇ ਦੂਸਰੇ ਸੈਮੀਫਾਈਨਲ ਮੈਚ ਦੇ ਲਈ ਗਰਾਊਂਡ ਦੇ ਵਿੱਚ ਆ ਜਾਣ ਪੜਾਣਾ ਵਰਸ ਜੰਗੀਆਣਾ ਬਿਨਾਂ ਕਿਸੇ ਦੇਰੀ ਤੇ ਜਲਦੀ ਦੇ ਨਾਲ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਹੁਤ ਤਕੜਾ ਮੁਕਾਬਲਾ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਪਹਿਲਾ ਸੈਮੀਫਾਈਨਲ ਅੱਜ ਕੋਟ ਕਰੋੜ ਦੇ ਕਹਿੰਦੇ ਨੇ ਵੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਅੱਜ ਕਹਿੰਦੇ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਵੱਡਾ ਟੂਰਨਾਮੈਂਟ ਹੋਇਆ ਤਾਂਜੋ ਤੇ ਮੇਰੇ ਵੀਰੋ ਸਵੇਰ ਤੋਂ ਲੈ ਕੇ ਜਿਹੜੀਆਂ ਟੀਮਾਂ ਵਧੀਆ ਪੁੱਜੀਆਂ ਮੈਚ ਵਧੀਆ ਟੂਰਨਾਮੈਂਟ ਕਮੇਟੀ ਨੂੰ ਮੁਬਾਰਕਬਾਦ ਹੈ ਇਸ ਪਿੰਡ ਦੇ ਸਾਰੇ ਕਬੱਡੀ ਖਿਡਾਰੀਆਂ ਨੂੰ ਇਸ ਪਿੰਡ ਦੇ ਕਹਿੰਦੇ ਨੇ ਵੀ ਸਾਰੇ ਪਤਵੰਤੇ ਸੱਜਣਾਂ ਨੂੰ ਦਾਨੀ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਇਸ ਵੱਡੇ ਕੱਪ ਦੀ ਵੱਡੀ ਕਾਮਯਾਬੀ ਦੀ ਪਰ ਉਹ ਤੇ ਕਹਿੰਦੇ ਸੁੱਖ ਦੀ ਪਈ ਹੋਈ ਰੇਡ ਵੱਜੀ ਹੋਈ ਪ੍ਰੈਸ ਹੈ ਗੁਰਮੁਖ ਸਿੰਘ ਸੋਢੀ ਵਾਲੀ ਆ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਸਿੱਧਾ ਤਕੜਾ ਨਹੀਂ ਕੋਈ ਵੀ ਉਹ ਜੰਮਦਾ ਜਿਹੜਾ ਰਾਤੋ ਰਾਤ ਬਣਨ ਨੂੰ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਹੌਲੀ ਹੌਲੀ ਪੌੜੀ ਬੰਦਾ ਚੜ੍ਹਨੀ ਸਿੱਖਦਾ ਹੌਲੀ ਹੌਲੀ ਪੌੜੀ ਬੰਦਾ ਚੜ੍ਹਨੀ ਸਿੱਖਦਾ ਕਹਿੰਦੇ ਹੌਲੀ ਹੌਲੀ ਪੌੜੀ ਚੜ੍ਹੀ ਜਾਂਦੀ ਹੈ ਪਹਿਲਾਂ ਬਜਨੀ ਕਬੱਡੀ ਫਿਰ ਕਹਿੰਦੇ ਓਪਨ ਫਿਰ ਆਲ ਓਪਨ ਫਿਰ ਅਕੈਡਮੀਆਂ ਫਿਰ ਕਹਿੰਦੇ ਬਾਹਰ ਦੀਆਂ ਕਲੱਬਾਂ ਦੇ ਲਈ ਮੇਰੇ ਵੀਰੋ ਸਿਲੈਕਸ਼ਨ ਹੁੰਦੀ ਹੈ ਤਾਂ ਜਾ ਕੇ ਸੁਪਰ ਸਟਾਰਾਂ ਦਾ ਰੁਤਬਾ ਮਿਲਦਾ ਤਾਂ ਉੱਤੇ ਕਹਿੰਦਾ ਲੋਪੋ ਵਾਲਾ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੇਰੀਆਂ ਨਹੀਂ ਪਾਈਦਾ ਪੋਹ ਮਾਘ ਵਿੱਚ ਛੱਡਣਾ ਪੈਂਦਾ ਨਿੱਘਰ ਜਾਈਦਾ ਜੇਠਾੜ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ ਸਟਾਰ ਬਣਨਾ ਔਖਾ ਹੈ ਜਿਨ੍ਹਾਂ ਨੇ ਕਹਿੰਦੇ ਰੋੜਿਆਂ ਤੋਂ ਕਬੱਡੀ ਖੇਡੀ ਹੈ ਉਹਨਾਂ ਨੂੰ ਪੁੱਛ ਕੇ ਦੇਖੀਏ ਅੱਜ ਕਬੱਡੀ ਦੇ ਵਿੱਚ ਪੈਸਾ ਬੜਾ ਆ ਗਿਆ ਅੱਜ ਕਬੱਡੀ ਦੇ ਵਿੱਚ ਮਾਣ ਸਨਮਾਨ ਬੜੇ ਆ ਗਿਆ ਮੇਰੇ ਵੀਰੋ ਅੱਜ ਦਾ ਸਮਾਂ ਵੱਖਰਾ ਹੈ ਉਧਰ ਗੁਰਜੀਤ ਤੂਤ ਵੀ ਕਹਿੰਦੇ ਇਸ ਇਲਾਕੇ ਦਾ ਖਿਡਾਰੀ ਹੈ ਜਿਸ ਨੌਜਵਾਨ ਨੇ 2007 ਦੇ ਵਿੱਚ ਮੇਰੇ ਵੀਰੋ ਟੋਰਾਂਟੋ ਦੇ ਵਰਲਡ ਕੱਪ ਦੇ ਵਿੱਚ ਬਿੱਟੂ ਦੁਗਾਲ ਦੇ ਨਾਲ ਮੇਰੇ ਵੀਰੋ ਬੈਸਟ ਰਿਹਾ ਉਹ ਵੀ ਇਸ ਇਲਾਕੇ ਦਾ ਖਿਡਾਰੀ ਹੈ ਮਾਣ ਵਾਲੀ ਗੱਲ ਹੈ ਰੁਸਤਮ ਖਿਡਾਰੀ ਪੈਦਾ ਕੀਤੇ ਹੈ ਜਿਨ੍ਹਾਂ ਨੇ ਸਾਨੂੰ 70,000 ਦਾ ਯੋਗਦਾਨ ਦਿੱਤਾ ਉਹਨਾਂ ਦਾ ਮਾਣ ਸਨਮਾਨ ਹੋ ਰਿਹਾ ਹੈ ਬੇਨਤੀ ਕਰਾਂਗੇ ਸਾਡੇ ਕਮੇਟੀ ਮੈਂਬਰਾਂ ਨੂੰ ਕਿਉਂ ਮੰਚ ਤੇ ਆ ਜਾਣ ਇਧਰ ਤੇਜ ਸਿੰਘ ਦੀ ਸਰਪੰਚ ਬਟੋਏ ਵਾਲੇ ਸੁੱਖ ਦੇ ਲਈ ਮਾਣ ਭੇਜਦੇ ਆ ਬਹੁਤ ਬਹੁਤ ਮੇਰੇ ਵੀਰ ਕਮੇਟੀ ਵਾਲੇ ਆ ਮੰਚ ਤੇ ਆ ਜਾਣ ਕਰਮਜੀਤ ਚੂੜ ਚੱਕ ਦੀ ਟੀਮ ਇਸ ਮੈਚ ਦੀ ਇੱਕ ਦਿਨ ਟੀਮ ਹੈ ਮੇਰੇ ਵੀਰੋ ਚੂੜ ਚੱਕ ਜਿੱਥੇ ਵੀ ਮੇਰੀ ਫਾਈਨਲ ਦੇ ਵਿੱਚ ਪੁੱਜ ਗਈ ਹੈ ਚੂੜ ਚੱਕ ਦੀ ਟੀਮ ਆਇਆਂ ਤੇ ਡਿਊਟੀ ਹੈ ਕਰਮਜੀਤ ਦੀ ਜੰਗੀਆਣਾ ਤੇ ਪੜਾਣਾ ਮੇਰੀ ਆਵਾਜ਼ ਸੁਣਦਾ ਹੋਵੇ ਹਾਂਜੀ ਜੰਗੀਆਣਾ ਤੇ ਪੜਾਣਾ ਰਿਜ਼ਲਟ ਪਿਛਲੇ ਮੈਚ ਦਾ ਜੀ ਚੂੜ ਚੱਕ ਦੀ ਟੀਮ ਜੇਤੂ ਹੈ ਜੀ ਫਾਈਨਲ ਚ ਪੁੱਜ ਗਈ ਚੂੜ ਚੱਕ ਸੋ ਚੂੜ ਚੱਕ ਦੀ ਟੀਮ ਫਾਈਨਲ ਦੇ ਵਿੱਚ ਹੈ ਜੀ ਦੂਸਰਾ ਸੈਮੀ ਫਾਈਨਲ ਚੱਲਣ ਲੱਗਾ ਪੜਾਣੇ ਦੀ ਟੀਮ ਨੂੰ ਉਧਰ ਸਰਦਾਰ ਦਰਸ਼ਨ ਸਿੰਘ ਜੀ ਉਹ ਕਰਮਜੀਤ ਗੁੱਸੇ ਨਾ ਹੋ ਜੀ ਜਲਦੀ ਆ ਜਾ ਵੀਰੇ ਸਰਦਾਰ ਦਰਸ਼ਨ ਸਿੰਘ ਜੀ ਰਿਟਾਇਰ ASI ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਸਾਂਭੀ ਇਸ ਖੇਡ ਮੇਲੇ ਦੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਦਾਸ ਲਈ ਰੁਪਿੰਦਰ ਜਲਾਲ ਲਈ ਤੇ ਨਾਲ ਘਲ ਕਲਾਂ ਦੇ ਲਛਮਣ ਦੇ ਲਈ ਵੱਡੇ ਮਾਂ ਦੇ ਗੱਫੇ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਉਧਰ ਲਛਮਣ ਘਲ ਕਲਾਂ ਵਾਲਾ ਕਹਿੰਦੇ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਹੈ ਉਹਦਾ ਸਾਥੀ ਖਿਡਾਰੀ ਕਹਿੰਦੇ ਦਰਸ਼ੀ ਕੋਕਰੀ ਵਾਲਾ ਸਦਾ ਲਈ ਵਿਛੜ ਗਿਆ ਉਸ ਮਹਾਨ ਕਬੱਡੀ ਖਿਡਾਰੀ ਨੂੰ ਵੀ ਯਾਦ ਕਰਦੇ ਆ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਦਰਸ਼ੀ ਕੋਕਰੀ ਵਾਲਾ ਕਬੱਡੀ ਦਾ ਮਹਾਨ ਕਬੱਡੀ ਖਿਡਾਰੀ ਉਹ ਵੀ ਸਾਥੋਂ ਸਦਾ ਲਈ ਵਿਛੜਿਆ ਉਸ ਖਿਡਾਰੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਮੇਰੀ ਬੇਨਤੀ ਹੈ
ਵੀ ਜਲਦ ਕਿੰਨਾ ਟੀਮ ਪੜਾਣੇ ਦੀ ਖੇਡ ਮੈਦਾਨ ਦੇ ਵਿੱਚ ਪੜਾਣੇ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੇ ਪੜਾਣਾ ਫੋਟੋਗ੍ਰਾਫਰ ਕਿੱਥੇ ਹੈ ਜੀਤ ਸਿੰਘ ਕੋਟਕੋਟ ਕਲਾ ਜੀਤ ਸਿੰਘ ਕੋਟ ਫੋਟੋ ਵਾਲਾ ਵੀਰ ਕਿੱਥੇ ਹੈ ਫੋਟੋ ਵਾਲਾ ਵੀਰ ਕਿੱਥੇ ਆ ਗਿਆ ਮੀਚ ਦੇ ਕੇ ਰੱਖ ਜੀ ਸਾਡੇ 12 ਜਾਂ 13 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ ਲੈ ਵੀ ਸਾਡ ਵਾਲੇ ਵਾਰੀ ਇਸ ਮਾਈਕ ਦੀ ਬੈਂਡਰੀ ਜਿਹੜੀ ਚੇਂਜ ਕਰ ਦੇ ਕਿਉਂਕਿ ਮੈਚ ਬਹੁਤ ਤਕੜਾ ਸਾਊਂਡ ਬਹੁਤ ਪਿਆਰੀ ਸਾਡੇ ਵੀਰ ਦੀ ਬੈਂਡਰੀ ਇਹਦੀ ਚੇਂਜ ਕਰ ਦਿੱਤੀ ਜਾਵੇ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਪਾਲ ਸਿੰਘ ਕਬੱਡੀ ਖਿਡਾਰੀ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਮੰਚ ਤੇ ਆ ਜਾਵੇ ਉਹ ਮੇਰੇ ਵੀਰ ਕੋਲੇ ਚਾਬੀ ਹੈ ਸਾਨੂੰ ਚਾਬੀ ਦੀ ਬੜੀ ਜ਼ਰੂਰਤ ਹੈ ਪੜਾਣਾ ਸੁਜਰ ਸਿੰਘ ਚੱਤ ਸਿੰਘ ਦੇ ਪਰਿਵਾਰ ਦੇ ਮੈਂਬਰ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੁਣ ਸਾਰੇ ਹੀ ਮੰਚ ਕੋਲ ਆ ਜਾਣ ਸੁਜਰ ਸਿੰਘ ਚੱਤ ਸਿੰਘ ਦੇ ਪਰਿਵਾਰ ਦੇ ਮੈਂਬਰ ਸੁਜਰ ਸਿੰਘ ਜਿਨ੍ਹਾਂ ਨੇ ਸਾਨੂੰ ਯੋਗਦਾਨ ਦਿੱਤਾ ਹੈਗਾ ਓਪਨ ਦਾ ਦੂਜਾ ਨਾਮ ਸੁਰਜਣ ਸਿੰਘ ਚੰਦ ਸਿੰਘ ਦੇ ਪਰਿਵਾਰ ਵੱਲੋਂ ਹੈ ਉਹਨਾਂ ਦੇ ਪਰਿਵਾਰ ਤੇ ਕੱਪ ਵੀ ਉਹਨਾਂ ਵੱਲੋਂ ਦਿੱਤੇ ਜਾ ਰਹੇ ਉਹਨਾਂ ਦੇ ਪਰਿਵਾਰਕ ਮੈਂਬਰ ਮੇਰੀ ਆਵਾਜ਼ ਸੁਣਦੇ ਹੋਣ ਤਾਂ ਜਲਦੀ ਤੋਂ ਜਲਦੀ ਮੰਚ ਤੇ ਆ ਜਾਣ ਮੇਰੀ ਬੇਨਤੀ ਹੈ ਜਲਦੀ ਨਾਲ ਮੈਚ ਜਿਹੜਾ ਸ਼ੁਰੂ ਕਰਵਾਤਾ ਜਾਵੇ ਇੱਕ ਜ਼ਰੂਰੀ ਬੇਨਤੀ ਹੈ ਸੂਚਨਾ ਹੈ 12 ਤੇ 13 ਤਰੀਕ ਨੂੰ ਬਾਬਾ ਮਹਾਰਾਜ ਸ਼ਾਹ ਜੀ ਦਾ ਮੇਰੇ ਵੀਰੋ ਸਲਾਨਾ ਉਰਸ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਨਕੋਦਰ ਦੇ ਵਿੱਚ ਆਪ ਸਭ ਨੂੰ ਬੇਨਤੀ ਹੈ ਵੀ ਆਪਾਂ ਉੱਥੇ ਪੁੱਜ ਕੇ ਵੀ ਜਿਹੜਾ ਮੇਲੇ ਦਾ ਆਨੰਦ ਮਾਨਣਾ ਹੈ 12 ਤੇ 13 ਤਰੀਕ ਦੇ ਵਿੱਚ ਸਵਰਗਵਾਸੀ ਸਾਉਣ ਸਿੰਘ ਦੇ ਪਰਿਵਾਰ ਵੱਲੋਂ ਬੈਕਸਟੇਜ ਤੇ ਜਾਫੀ ਨੂੰ ਕੱਪ ਦੇ ਕੇ ਮਾਨ ਸਨਮਾਨ ਦਿੱਤੇ ਜਾਣਗੇ ਹੈਲੋ ਟੂਰਨਾਮੈਂਟ ਹੋਣ ਦੀ ਖੁਸ਼ੀ ਵਿੱਚ ਆਸ਼ਤਬਾਜ਼ੀ ਕਰਨ ਲੱਗਿਆ ਤੇ ਸਾਰੇ ਹੀ ਪਲੇਅਰਾਂ ਨੂੰ ਬੇਨਤੀ ਕੀਤੀ ਜਾਂਦੀ ਕਿ ਮਾੜਾ ਜਿਹਾ ਧਿਆਨ ਰੱਖਣ ਉਹ ਯਾਰ ਫਾਈਨਲ ਤੋਂ ਬਾਅਦ ਕਰਦੇ ਤਾਂ ਨਜ਼ਾਰਾ ਆ ਜਾਂਦਾ ਫਾਈਨਲ ਤੋਂ ਬਾਅਦ ਕਰਿਓ ਜ਼ਰੂਰ ਕਰਾਂਗੇ ਮੈਚ ਸ਼ੁਰੂ ਕਰਾ ਦਿਓ ਜੀ ਜਲਦੀ ਨਾਲ ਲੈ ਵੀ ਪਿੰਦੇ ਵੀਰ ਆਪਾਂ ਜਲਦੀ ਨਾਲ ਮੈਚ ਸ਼ੁਰੂ ਕਰਾ ਦਈਏ ਤਾਂ ਕਿ ਫਾਈਨਲ ਮੈਚ ਵੀ ਕਰਾਉਣ ਫਾਈਨਲ ਮੈਚ ਤੋਂ ਬਾਅਦ ਆਸ਼ਤਬਾਜ਼ੀ ਸ਼ੁਰੂ ਕਰਿਓ ਜੀ ਇਹਨੂੰ ਮੇਰੀ ਬੇਨਤੀ ਹੈ ਵੀ ਆਸ਼ਤਬਾਜ਼ੀ ਕਰਦੇ ਸਾਊਂਡ ਵਾਲਾ ਵੀਰ ਬੈਂਟਰੀ ਚੇਂਜ ਕਰਦੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਸੁਰਜਣ ਸਿੰਘ ਤੇ ਚੰਦ ਸਿੰਘ ਦੇ ਪਰਿਵਾਰ ਦੇ ਮੈਂਬਰ ਅਸੀਂ ਫਿਰ ਤੋਂ ਬੇਨਤੀ ਕਰ ਰਹੇ ਹਾਂ ਵੀ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਤਾਂ ਮੰਚ ਤੇ ਜ਼ਰੂਰ ਹਾਜ਼ਰ ਹੋਣ ਪਹਿਲਾਂ ਹੀ ਨੰਨਾ ਪੈ ਗਿਆ ਮੈਨੂੰ ਲੱਗਦਾ ਮੈਨੂੰ ਲੱਗਦਾ ਸਾਨੂੰ ਚਾਰਣੀ ਦਾ ਉੱਲਾ ਹੋ ਗਿਆ ਡਾਕਟਰ ਸੇਖੋ ਜੀ ਕਹਿੰਦੇ ਜੇ ਪੜਾਣੇ ਦੀ ਟੀਮ ਬਿਨਾਂ ਰਹੇਗੀ ਤਾਂ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਮੈਚ ਸ਼ੁਰੂ ਕਰਾਓ ਜਲਦੀ ਨਾ ਇਹ ਤਾਂ ਨੋਨਾ ਵੇਖ ਕੇ ਚੱਕੀ ਹੈਲੋ ਨੋਨਾ ਉਹ ਵੇਖ ਲਈ ਚੱਲ ਗਿਆ ਸਾਰੇ ਫਿਰ ਚੱਕੀ ਨੂੰ ਆ ਕੀ ਗੱਲ ਹੈ ਜੀ ਮੈਚ ਨਹੀਂ ਸ਼ੁਰੂ ਕਰਾਇਆ ਜਾ ਰਿਹਾ ਹੈਲੋ ਬਾਈ ਜੀ
ਆ ਜਿੰਨੇ ਵੀ ਰੈਫਰੀ ਆ ਨਾ ਇੱਥੇ ਵਿੱਚ ਆਉਣ ਹੁਣ ਜਿਹੜਾ ਤਕੜਾ ਮੈਚ ਆ ਸਾਰੇ ਡਰੀ ਜਾਂਦੇ ਉਹ ਤੋਂ ਇੱਜ਼ਤ ਤਾਂ ਉਹਨਾਂ ਦੂਜਿਆਂ ਰੈਫਰੀਆਂ ਨੂੰ ਵੀ ਉਹਨੇ ਕੀ ਆ ਜਿੰਨੀ ਤੁਹਾਨੂੰ ਹੈ ਹੈਲੋ ਹਾਂਜੀ ਮੈਂ ਬਾਬਾ ਰਾਮਦਾਸ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਸਾਨੂੰ ਤਨੋ ਮਨੋ ਸਹਿਯੋਗ ਦਿੱਤਾ ਉਹਨਾਂ ਦੇ ਨਾਮ ਬੋਲਣ ਜਾ ਰਿਹਾ ਹੈਗਾ ਬਹੁਤ ਬਹੁਤ ਧੰਨਵਾਦੀ ਉਹਨਾਂ ਦੇ ਗੁਰਜੀਤ ਸਿੰਘ ਜੀ ਲਖਵਿੰਦਰ ਸਿੰਘ ਖੋਸਾ ਕਰਮਜੀਤ ਸਿੰਘ ਨਵਤੇਜ ਸਿੰਘ ਪਿੰਡਾ ਕਬੱਡੀ ਖਿਡਾਰੀ ਹਰੀ ਸਿੰਘ ਗੁਰਬੀਰ ਸਿੰਘ ਕੁਲਵਿੰਦਰ ਸਿੰਘ ਲਖਵੀਰ ਲੱਖਾ ਗੁਰਜੰਟ ਸਿੰਘ ਜੰਟਾ ਹਰਪ੍ਰੀਤ ਸਿੰਘ ਕਾਕਾ ਮਨਪ੍ਰੀਤ ਸਿੰਘ ਮਣੀ ਡਾਕਟਰ ਜਸਵੰਤ ਸਿੰਘ ਜਗਦੀਸ਼ ਦੀਸ਼ਾ ਗੁਰਪ੍ਰੀਤ ਸਿੰਘ ਵਿਜੇ ਬਘੇੜ ਸਿੰਘ ਨੋਨਾ ਰਾਜੂ ਗਊਸ਼ਾਲਾ ਦੇ ਮੈਂਬਰ ਅਤੇ ਸਾਡੀ ਸਮੂਹ ਨਗਰ ਪੰਚਾਇਤ ਜਿਨ੍ਹਾਂ ਨੇ ਸਾਨੂੰ ਹਰ ਪੈਰ ਪੈਰ 'ਤੇ ਸਹਿਯੋਗ ਦਿੱਤਾ ਅਤੇ ਸਭ ਤੋਂ ਵੱਡਾ ਸਹਿਯੋਗ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਖੁੱਲ੍ਹੇ ਦਿਲ ਦੇ ਨਾਲ ਸਹਿਯੋਗ ਦਿੱਤਾ ਸਭ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਅਤੇ ਇੱਕ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਜਾਇਓ ਨਾ ਇੱਕ ਜ਼ਰੂਰੀ ਮੀਟਿੰਗ ਕਰਨੀ ਹੈ ਆਪਾਂ ਉਸ ਤੋਂ ਬਾਅਦ ਜਾਇਓ ਜੋ ਤੁਸੀਂ ਇੱਕ ਜ਼ਰੂਰੀ ਮੀਟਿੰਗ ਹੈ ਕਮੇਟੀ ਮੈਂਬਰਾਂ ਨਾਲ ਅਤੇ ਰੁਕ ਕੇ ਜਾਇਓ ਜੋ ਤੁਸੀਂ ਉੱਧਰ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਜੀ ਜੁਆਇੰਟ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜੇ ਜੰਗੀਆਂ ਦੀ ਟੀਮ ਜੇਤੂ ਹੋਵੇਗੀ ਤਾਂ 1000 ਰੁਪਇਆ ਦਿੱਤਾ ਜਾਵੇਗਾ ਇੱਧਰ ਗੁਰਜੀਤ ਸਿੰਘ ਸਾਡਾ ਵੀਰ ਪੰਜਾਬ ਪੁਲਿਸ ਵਾਲਾ ਚਰਨਜੀਤ ਆਸਟ੍ਰੇਲੀਆ ਦਾ ਵੀਰ ਉਹਨਾਂ ਵੱਲੋਂ ਜੰਗੀਆਂ ਦੇ ਹਰ ਇੱਕ ਜਫੇ ਤੇ 100-100 ਦੇ ਮਾਨ ਸਨਮਾਨ ਦਿੱਤੇ ਜਾਣਗੇ ਸਾਡੇ 10 ਜਾਂ 11 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਏ ਉਹ ਟੀਮ ਵਿਨਰ ਹੋਵੇਗੀ ਮੇਰੇ ਵੀਰ ਉੱਧਰ ਕੁਲਵਿੰਦਰ ਸਿੰਘ ਜੀ ਪ੍ਰਧਾਨ ਪਿੰਦਾ ਸਾਹਿਬ ਜੀ ਪਿੰਦਾ ਸਾਹਿਬ ਪਿੰਦੇ ਗੱਲ ਸੁਣ ਲੈ ਹੈਲੋ ਰੈਫਰੀ ਸਾਹਿਬਾਨ ਮੈਚ ਸਟਾਰਟ ਕਰਾਓ ਜਿਹੜੀ ਟੀਮ ਮੇਰੀ ਸੁਣ ਲਓ ਗੱਲ ਜਿਹੜੀ ਟੀਮ 16 ਪੁਆਇੰਟ ਪਹਿਲਾਂ ਲਊਗੀ 16 ਜਿਹੜੀ ਟੀਮ ਪਹਿਲਾਂ 16 ਪੁਆਇੰਟ ਲਊਗੀ ਉਹ ਜੇਤੂ ਜੇ ਹਜਮ ਨਹੀਂ ਖੁਸ਼ ਤਾਂ ਮੈਂ ਇਹਨਾਂ ਤੋਂ 30 ਪੁਆਇੰਟ ਦੇਣ ਨੂੰ ਤਿਆਰ ਹਾਂ ਪਰ ਰੌਲਾ ਨਹੀਂ ਪਾਉਣਾ 16 ਪੁਆਇੰਟ ਜਿਹੜੀ ਟੀਮ ਲਊ ਉਹ ਜੇਤੂ ਅਸੀਂ ਨਾਮ ਦੇਣਾ ਸਾਰੇ ਦਰਸ਼ਕ ਬੈਠੇ ਆ ਪਰ ਮੈਂ ਟਾਈਮ ਦੀ ਸਾਡੀ ਮਰਜ਼ੀ ਆ ਇਹ ਸਾਡੀ ਮਰਜ਼ੀ ਹੈ ਤੁਸੀਂ ਕੌਣ ਹੋ ਤੁਹਾਨੂੰ ਚੈਲੰਜ ਕਰਨ ਵਾਲੇ ਸਾਡੀ ਮਰਜ਼ੀ ਹੈ ਉਹ ਦਰਸ਼ਕ ਵੀਰ ਪਲੀਜ਼ ਸ਼ਾਂਤੀ ਬਣਾਈ ਰੱਖੋ ਤੁਸੀਂ ਕਮੇਟੀ ਫੈਸਲਾ ਕਰ ਦਿੰਦੀ ਆ ਦਰਸ਼ਕ ਰੌਲਾ ਨਾ ਪਾਉਣ ਬਸ 2-4 ਮਿੰਟਾਂ ਦੀ ਗੱਲ ਆ ਉਹ ਦਰਸ਼ਕ ਵੀਰ ਰੌਲਾ ਨਾ ਪਾਉਣ ਕਮੇਟੀ ਫੈਸਲਾ ਕਰ ਰਹੀ ਹੈ ਫਾਈਨਲ ਦੇ ਜਿਹੜੇ ਬੈਸਟ ਜਾਫੀ ਤੇ ਰੇਡਰ ਦਾ ਜਿਹੜਾ ਖਿਤਾਬ ਹੈ ਸੌਣ ਸਿੰਘ ਦੀ ਯਾਦ ਵਿੱਚ ਡਾਕਟਰ ਜਸਵੰਤ ਸਿੰਘ ਵੱਲੋਂ ਦਿੱਤਾ ਜਾਣਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ
ਵੀਰੇ ਰੌਲਾ ਨਾ ਪਾਓ ਯਾਰ, ਦੋ ਮਿੰਟ ਲਵੀ ਹਲੇ ਹਲੇ हेलो और निक्की जी गल पिछे रौला ना पाओ वीरे। अमने हेलो वीर जंगियाना दी टीम 16 पॉइंटा ते तैयार आ, तुसी भी वीरे मन जो क्यों थोड़ी बहुत ही कमेटी दी भी मन लो, कुछ नहीं हुंदा वीर मेरे। वीर मेरे रेटर दो लैके आउंदे खेडना है ना, रवि पहले ले आपदे भाई इन्हें लड़ दें दो आजा करा दी। हेलो रवि कर दिए। हेलो ਮਾਰਕੀਟ ਦੇ ਮੈਂ ਤਾਂ ਸਮਝ ਨਹੀਂ ਆਈ ਤੁਸੀਂ ਕਿਹਦੇ ਮਾਰੋ ਲੌਂਗ ਕਰ ਯਾਰ।
बोलन की उच्ची लोड़ नहीं। ਸਾਡੇ ਕਹਿੰਦਾ ਭਰਾਵਾ ਨੇੜੇ ਵਾਲੇ ਆ, ਨੇੜੇ ਵਾਲੇ ਤਾਂ ਤੁਸੀਂ ਆ, ਪੱਖਬਾਜੀ ਅਸੀਂ ਨੇੜੇ ਵਾਲਿਆਂ ਦੀ ਕਰਾਂਗੇ ਕਿ ਦੂਰ ਵਾਲਿਆਂ ਦੀ ਕਰਾਂਗੇ? ਸਾਡੇ ਦੱਸੋ ਕੋਈ ਕੀ ਲੱਗਦੇ ਆ? ਆ ਮੇਰੀ ਗੱਲ ਸੁਣੋ, ਚੱਲ ਇਹਨਾਂ ਨੂੰ ਸਾਥ ਦੇ ਨਾਲ ਕਿਹੜਾ ਇਹਦਾ ਰੇਡਰ ਜਿਹੜਾ, ਇੱਕ ਮਿੰਟ ਇਹਦਾ ਰੇਡਰ ਆਓ ਜਿਹੜਾ ਗ੍ਰੇਡਰ ਸਾਡੇ ਕੋਲ ਆਓ, ਰੇਡਰ ਕਿਹੜਾ ਜਿਹੜਾ ਥੱਕਿਆ ਪਿਆ ਸਵੇਰ ਦਾ ਸਾਡੇ ਕੋਲ, ਇਹਨਾਂ ਦਾ ਰੇਡਰ ਕਿਹੜਾ ਜਿਹੜਾ ਥੱਕਿਆ ਪਿਆ ਸਵੇਰ ਦਾ, ਕੱਲਾ ਰੇਡਾ ਪਾਈ ਜਾਂਦਾ ਸਾਡੇ, ਮੇਰੇ ਕੋਲ ਇਹਦਾ ਘੱਲ ਦਿਓ ਨਾ। ਓਏ ਆ ਜਾਓ ਹੁਣ ਕਿੱਧਰ, ਇਹ ਤਾਂ ਆਉਣਾ ਨਹੀਂ ਚਾਹੁੰਦਾ, ਕਹਿੰਦੇ ਅਸੀਂ ਆਉਣਾ ਹੀ ਨਹੀਂ ਤੁਹਾਡੇ ਕੋਲ, ਕਹਿੰਦੇ ਖੇਡਣਾ ਹੀ ਨਹੀਂ ਇਹਦਾ, ਕਹਿੰਦੇ ਸਾਨੂੰ ਮਿੰਟਾਂ ਨਾਲ ਸੱਦਿਆ, ਹੁਣ ਮੈਂ ਦੱਸ ਕਿੱਧਰ ਨੂੰ ਜਾਵਾਂ? ਆ ਜਾਓ ਇੱਧਰ, ਜਿਹੜਾ ਨੇ ਟੀਮ ਦਾ ਕਪਤਾਨ ਆਓ ਸਾਡੇ ਕੋਲ। ਠੀਕ ਆ ਬਾਈ, ਜੋ ਕਮੇਟੀ ਨੇ ਫੈਸਲਾ ਕਰਤਾ, 12:30 ਪੁਆਇੰਟ ਤੇ ਖੇਡੋ। ਹੈਲੋ, ਗਰਾਊਂਡ ਖਾਲੀ ਕੀਤਾ ਜਾਵੇ ਜੀ, ਸਾਰੇ ਗਰਾਊਂਡ ਤੋਂ ਬਾਹਰ। ਚਲੋ ਜੀ, ਫੈਸਲਾ ਹੋ ਗਿਆ, ਹੁਣ ਸਾਰੇ ਗਰਾਊਂਡ ਤੋਂ ਬਾਹਰ ਆ ਜਾਓ। ਇੱਕ ਵਾਰ ਸੈਮੀ ਫਾਈਨਲ ਦੂਜਾ ਸ਼ੁਰੂ ਹੋਣ ਜਾ ਰਿਹਾ। ਸਿਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਹੀ ਆ, ਪੁਲਿਸ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ, ਥੋੜੀ ਜਿਹੀ ਹਿੰਮਤ ਮਾਰੋ ਵੀਰੇ, ਸਾਰਿਆਂ ਨੂੰ ਬਾਹਰ ਕੱਢ ਦਿਓ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਗਰਾਊਂਡ ਖਾਲੀ ਕਰ ਦਿਓ ਜੀ। ਮੇਰੀ ਇੱਕ ਗੱਲ ਸੁਣ ਲਓ, ਦੋਨੇ ਪਲੇਅਰਾਂ ਲੈਣਾ ਭੋਜੋ, ਆ ਜਾਓ ਆ ਜਾਓ, ਦੋਨੇ ਪਲੇਅਰਾਂ ਆ ਜਾਓ ਲੈਣਾ ਭੋਜੋ, ਦੋਨੇ ਪਲੇਅਰ, ਦੋਨੇ ਪਲੇਅਰ ਲੈਣਾ ਭੋਜੋ, ਦੋਨੇ ਟੀਮਾਂ ਲੈਣਾ ਭੋਜੋ, ਦੋਨੇ ਟੀਮਾਂ ਆ ਜਾਓ, ਦੋਨੇ ਟੀਮਾਂ ਦੋਨੇ ਟੀਮਾਂ ਲੈਣ ਤੇ, ਦੋਨੇ ਟੀਮਾਂ ਲੈਣ ਤੇ ਆ ਜਾਓ। ਹੈਲੋ ਮਣੀ, ਉਹ ਵੀਰੇ ਬਾਹਰ ਆ ਜਾਓ, ਬਾਕੀ ਫੈਸਲਾ ਹੋ ਗਿਆ ਤਾਂ। ਮਣੀ ਐਂਟਰੀ ਵਾਲੀ ਟਰਾਲੀ ਕੋਲ ਆਵੇ ਜਲਦੀ, ਮਣੀ ਐਂਟਰੀ ਵਾਲੀ ਟਰਾਲੀ ਕੋਲ ਆਵੇ। ਲੈਣ ਦੇ ਆਓ ਸਾਰੀ ਟੀਮ, ਇੱਥੇ ਲੈਣ ਦੇ ਆਓ, ਮੈਂ ਦੋ ਗੱਲਾਂ ਤਾਂ ਕਰ ਲੈਣਾ। ਉਹ ਬਸ ਯਾਰ, ਦੋ ਚਾਰ ਬੰਦੇ ਰਹੋ, ਬਾਕੀ ਬਾਹਰ ਆ ਜਾਓ। ਚਲੋ ਆ ਵੀਰ ਮੁਲਾਜ਼ਮਾਂ ਨੂੰ ਬੇਨਤੀ ਹੈ, ਬਾਕੀਆਂ ਨੂੰ ਬਾਹਰ ਕਰ ਦੋ, ਬਸ ਦੋ ਚਾਰ ਜਣਿਆਂ ਨੂੰ ਰਹਿਣ ਦੋ। ਸਾਢੇ ਬਾਰਾਂ ਤੇਰਾਂ ਤੇ ਚਲੋ ਕਰੋ ਮੈਚ। ਚਲੋ 12:30-13 ਤੇ ਫਾਈਨਲ ਹੈ ਜੀ, ਸੋ ਦਰਸ਼ਕ ਤਿਆਰ ਹੋਏ ਬੈਠੇ ਨੇ ਦੂਜਾ ਸੈਮੀ ਫਾਈਨਲ ਦੇਖਣ ਲਈ। ਹੈਲੋ,
जल्दी ना मैच शुरू करा दो। कमेटी का फैसला हो गया, ग्राउंड खाली किया जाए, मैच शुरू किया जाए। आ जाओ भाई मेरे वीर, बाहर आ जाओ, कमेटी का फाइनल। हेलो हेलो बिंदर, हेलो भाई, सारे खिडारियों नूं चैक कर लो, किसी दे पानी वैसलीन ना लगी होवे। सारे खिडारियों नूं पूछ दो वे साफ हैगा, साफ कर दो साफ। ओ भाई इधर आ जाओ, दो रेडर यार जिहड़े रेडर आ, ओ वीरे आ जा इत्थे यार, ओ भाई जंगलियाने वाला रेडर उरे आ जे, इहनां नूं साफ कर यार। ओ भाई चरणजीत चन्नी कबड्डी वाला स्टेज को आ जाओ, चरणजीत चन्नी आ जाना फिर इन्हें सामने मरा दे यार, मार दे मार, होर किसे दे मारना भाई, मारता जे चरणजीत चन्नी मार दे साफ यार। आ जाओ मेरे वीर सारे बार, गुरजीत कोई भी रेडर बिना कली तो गया असी नहीं मनना, टूर्नामेंट कमेटी का फैसला तसली है। रेफरी साहब माड़ा जिहा टका के काम चलाओ, आ मूव स्प्रे के नूं चाहिदी इत्थे रखो कोले, उह तां यार रेडरां नूं इधर कर लो साइड ते, हुण बोलदे उहनां नूं। हेलो ओए फालतू बंदे जिहड़े ग्राउंड तो बाहर आ जाण, उहना चिर मैच ना चालू करो जिन्ना चिर कोई बाहर नहीं आउंदा ग्राउंड तो। नहीं दोनों टीमां स्क्रैच कर दिओ, घरों घर नहीं जाणा गा, इत्थे 11 बजा देणे इन्हां ने। लाओ इसे लई मैच शुरू होण जा रहा, ताड़ी मार दिओ दर्शक वीर। एक पासे टीम मेरे पुराने दी ओ टीम बाकी सारे बाहर आ जाओ वीर, सिक्योरिटी वाले उठो गुरप्रीत, गल वखरी होनी अज मेरे वीरो, नौजवान ने अपने जेड़ा थोड़ी सट लगी वाहिगुरु मेहर करे। ला भी गुरप्रीत सिंह उठ, आप दर्शकों तो ताड़ियां बजाउणी है तेरी सेहत की कामयाबी के लिए, नौजवान है सुपरस्टार जाफी है गुरप्रीत जंगियाने वाला, माण बनिया मेजर भलूर का, कहते दो बार कनेडा खेडा, ताड़ी मार दी है फेटा मुंडा नौजवान। लाओ अगली रेड, कहते धौला पिंड, कहते राम सरूप आणखी का पिंड है मेरे पंजाबी वीर लोपो वाले, वेख जरा कबड्डी भावे उंगलों कट्टिया हुई है पर मेरे वीर रैफरी जिहड़े ड्यूटी नहीं दे रहे, बेनती है कि बाहर आ जाओ, वार वार अनाउंस करी जाने थोनों बाहर आ जाओ, एक बार जिन्हें ड्यूटी नहीं गई सिर्फ दो चार छड़ के कोई ग्राउंड दे ना रहे। लो इस वेले जगपाल सिंह धौले वाला कहते जिला बरनाला इस नौजवान का, लै भी पंजाब लाइव वन वाला एक कबड्डी अपने कैमरे की अख दे विच बंद कर लै, गल वक्री होनी है भी मरूड वाला गोरा इंग्लैंड की डरबी कबड्डी क्लब के लिए तगड़ा खेडिया, तो पॉइंट जिहड़ा इस वेले रेडर के हिस्से जा जुड़िया, पॉइंट जगपाल के हिस्से जा जुड़िया। पहले मैच के नॉन स्टॉप कबड्डियां पाईया इस कबड्डी खिडारी ने, जगमीत पढ़ाने वाला कहते गुरजीत तूत वर्गा शरीर है, तो सारे दर्शकों को दस दईए भी गुरजीत तूत ने भी अपनी टीम बना ली है मेरे वीरो BMS कबड्डी क्लब, हुण खिडारी तैयार करने हैं। उधर वेखदा भी कुलविंदर जंगियाने वाला भी उस टीम का खिडारी मेरे वीरो, खेड मैदान के पहला जफा लाता हुआ जगमीत पढ़ाने वाले, उधर दर्शन सिंह जी एस आई साहब न स्वाद आ रहा है, सुरूर आ रहा है, वधिया मैच हो रहा और तगड़ा मुकाबला हो रहा है। इधर गुरजीत सिंह जी साढ़े पंजाब पुलिस वाले जंगियाने की टीम जिन्हें भी जफे लाऊ, हर एक जफे का 100 दे नाल मान सम्मान किया जाना है, साढ़े वीर गुरजीत सिंह जी पंजाब पुलिस वाले।
कुलविंदर सिंह जी प्रधान वालों कहते जेकर टीम जितूगी जंगियाने की तो 1000 के नाल मान सम्मान किया जाना है। लो सुखमंदर जंगियाने वाला तो उधर गोरा नाल लियाकत अली की फैसला करता है ये लोपो वाला अमना गल करू अगली पई हुई रेड की। लो पॉइंट जेड़ा इसलिए धावी के हिस्से जुड़ता हुआ अगली कबड्डी पाउण दे लई कहिंदे मन्ना एक अनाउंसमेंट होर बाबा रामदास कमेटी वालों जंगियाने की टीम जिन्ने जफे लाऊगी कमेटी वालों 100-100 रुपया हरेक जफे का। ला उसले मन्ना भराड़े पिंड का मेरे वीरो खेड मैदान दे विच कबड्डी पाउण दे लई वाध्या होया चार जाफियां विचों वेखदा भी जंगियाने की धरती का किहड़ा नौजवान गबरू अपनी टीम के हिस्से लखा जा पॉइंट जोड़ता। लो पई हुई कबड्डी इस नौजवान की हरवंत सिंह गिल का पुत्र गुरप्रीत सिंह पर पॉइंट कहते धावी के हिस्से जुड़ता हुआ जगपाल धौले वाला अगली कबड्डी पाउण दे लई फिर खेड मैदान दे विच वाधा होया नौजवान चार जाफी तैयार ने चौं दे विचों कौन गुट फड़दा कौन लत्ती लगदा कौन मूहरे होके करा टाइम अपनी टीम लई लखा जा पॉइंट जोड़ेगा गल समय दी है। एक कन्नी ते कहिंदे गुरविंदर कालो है एक गुरविंदर कालमा दा वह भी गुरविंदर कालो दे नां दे नाल जाणिया जांदा गोरे दा पूरा नाम कहिंदे गुरिंदर सिंह है और वेखदा भी बाबे जसवंत सिंह दा पोता है इसलिए गोरा मरूड दी धरती दा नौजवान गबरू पूरी ट्राई करदा ते फैसला की है भी ये पॉइंट जिहड़ा धावी दे हिस्से जुड़दा होया अगली कबड्डी जगमीत पढ़ाने दा कबड्डी दा सुपरस्टार धावी उधर कहिंदे धावी सुपरस्टार है तो उधर जाफी सुपरस्टार है सुपरस्टारां दा मुकाबला मेरे वीरो लाओ वेखदा भी चढ़ती जवानी मुछ पुट गबरू लाला जफे लैंदा मेला लुट गबरू फड़ दिंदा धावी जो खवांदा अपने आप नूं टिकाने दा जाफी चर्चा पूरी दे विच रहिंदा गुरप्रीत जंगी आने दा जाफी चर्चा पूरी दे विच रहिंदा गुरप्रीत जंगी आने दा चर्चा दे विच रहिंदा कहिंदे हरवंत सिंह गिल दा पुत्तर लाओ छेली पई हुई कबड्डी नौजवान सुखमंदर दी है मेरे वीरो और सामने वेखदा भी गोरा मरूड़ दा सच्ची बोली बोलदा मैनू टच लग्गिया ते फैसला बिल्ले गालब ने कर दिता भी ये पॉइंट धावी दे हिस्से जुड़ता होया फाइनल मैच के लिए चूड़ चक की टीम भी खेड मैदान दे विच पुज जावे। इधर नौजवान मन्ना कबड्डी पाउण दे लई पढ़ाने वाला सरबजीत बब्बू पढ़ाने का पिंड है पुट्टो पढ़ाने का पिंड है मेरे वीरो कंते पढ़ाने का पिंड है मेरे वीरो कहिंदे बाबा रामदास प्रबंध कमेटी 100 रुपया पढ़ाने वाले दुख हरे जफे जे कोट कोट पिंड वाले का प्रबंध चंग लगता जोरदार ताड़ी मार दो जी लाओ इसलिए कहते गुरप्रीत सिंह है ते दूसरे पासे जगमीत मन मेरे वीर मन्ना है मन्ना पढ़ाने का पॉइंट अपनी टीम ले जोड़ता हुआ अगली कबड्डी पाउण दे लई कहिंदे भी नौजवान इसलिए जगपाल वाधा होया मेरे वीर जगपाल अगली कबड्डी पाउण दे लई खेड मैदान दे विच तौले दी धरती दा हलो बाबा रामदास कमेटी वालों पढ़ाने की टीम नूं भी हरेक जफे दे 100 रुपए मिलणगे जी मान सम्मान होगा 100 रुपए का हरेक जफे दे लई पढ़ाने की टीम नूं उधर जंगियाने की टीम भी जिन्ने जफे लाऊगी हरेक जफे लई उन्हां दा 100 रुपए का मान सम्मान होना कमेटी वालों लाओ इसलिए कहिंदे जगपाल दी पई हुई कबड्डी मेरे वीरो चार जाफियां विच दो गोरे नां दे खिडारी है लाओ पदेशे दा मुकाबला ते बिल्ले दा की फैसला भी ये पॉइंट जिहड़ा इसलिए धावी दे हिस्से जुड़दा होया अगली कबड्डी पाउण दे लई फिर जगमीत पढ़ाने दा कि गुट नूं फड़ के कैंची जड़ के गुट नूं फड़ के कैंची जड़ के आ धौण ते धर के टंगी लाउणी पैंदी ए दुनिया एवें नहीं उमांदी खेड दिखाउणी पैंदी ए रेड पैंदी नाल दलेरी टच करनी औखी जाफियां दी घेरी आन हन्या उत्ते पड़ते थापी लाउणी पैंदी ए दुनिया एवें नहीं उमांदी खेड दिखाउणी पैंदी ए छाती विच बल होवे लोकी तां पुछदे सरनामा हरजीत बराड़ दे गुरले पुत जमन दियां मामा लै पई हुई कबड्डी लै वी जलाल वालिया कर का गल इस नौजवान की पई हुई कबड्डी दे सुखमंदर जंगी आने वाला कबड्डी पा रहा ते हल्का जिहा टच कहिंदे नौजवान गुरिंदर सिंह गोरे नूं लग्गिया मेरे पंजाबी वीरो पॉइंट जिहड़ा इस वेले रेडर दे हिस्से जा जुड़िया पॉइंट सुखमंदर जंगी आने वाले दे हिस्से जा जुड़िया चूड़ चक की टीम कहिंदे फाइनल मैच खेडण दे लई जल्दी दे नाल खेड मैदान दे विच पुज जावे उन्हां दा फाइनल मैच जिहड़ा इस मैच दे विचों जितण वाली टीम दे नाल होणा है। एक पासे पाली है जंगी आने वाला बा नौजवान है नहीं रिसा दूसरे पासे मन्ना खेड मैदान मेरे वीरो मुकाबला हो चुका है पॉइंट जिहड़ा इस वेले मन्ने दे हिस्से जा जुड़ा टूर्नामेंट दा जिन्हां ने 41,000 दा सानू सहयोग दिता दूसरा नाम ओपन दा सुरजन सिंह चंद सिंह दे परिवार उन्हां दे परिवार नूं सन्मानित किया जा रहा है। दर्शन सिंह आड़ती वालों एक अनाउंसमेंट हो रहा है भी जिहड़ा अपना नाम है फाइनल जितने वाली टीम नूं 2100 रुपया वध मिलेगा जाने कि दर्शन सिंह आड़ती 2100 रुपया देणगे
फोटोग्राफर वीर मंच से आ जाए। दर्शन सिंह आड़ती वालों, करमजीत सिंह कमेटी मैंबर मेरे वीर जिन्हें भी है, जिन्हें ना बोले से वो मंच से आ जाए। कमेटी मैंबर मेरे वीर जिन्हें भी ने सारे मंच से आ जाए। असी सुरजन सिंह चंद सिंह के परिवार का सन्मान करना, इन्होंने सानू 41,000 रुपए का योगदान दिता है। करमजीत वैसे तो सख्त ड्यूटी पर है, जिथे भी मेरी आवाज सुनता हो एक बार जरूर पहुंचे। अगली कबड्डी कहते भी इस वे नौजन ने पा दिती है मेरे वीरू, कहते भी नौजन गभरू की पई हुई कबड्डी गोरे ना मुकाबला मेरे वीरू, ते फैसला की है भी ये पॉइंट जिहड़ा धावी दे इससे जुड़ता होया पॉइंट इस वे सिकंदर जंगी आने का अपनी टीम जोड़ता होया। चूड़ चक की टीम बेनती है भी फाइनल मैच लिए चूड़ चक की टीम जल्दी ना खेल मैदान पुज जाए। लो मन्ना पढ़ाने वाला अगली कबड्डी पाउण दे लई पधा होया, गोरा नौजन गभरू पढ़ाने का मशहूर, जगमीत मशहूर ते बग्गा कहिंदे कबड्डी का टॉप का खिलाड़ी। और वेखदा भी मन्ना पढ़ाने वाला पॉइंट अपनी टीम के हिस्से जोड़ता होया। जगपाल अगली कबड्डी पाउण दे लई खेल मैदान दे विच वाधा होया कि साइकिल जिन्हां नूं नहीं सी नसीब हुंदे उन्होंने भी तू दिन फेरे, तैनु खेड के कबड्डी नहीं मैं दिंदे देखे बुलटां ते गेड़े, जेड़े दिल्ली जाण नूं तरसदे सी उन्हां दे लवाह ते कनेडा दे टूर तू सदके जावां कबड्डी तेरे, कईआं घरां दी करती गरीबी दूर तू सदके जावां कबड्डी तेरे, कईआं घरां दी करती गरीबी दूर तू। जगपाल धौले वाले ने कहिंदे तगड़ा पॉइंट जोड़ दिता, ते जगमीत पढ़ाने दा अगली कबड्डी पा रहा लै भी जलाल वालिया कर क्या गल इस नौजन की पाई हुई कबड्डी ते धरती मां नूं मत्था जगमीत पढ़ाने वाला कबड्डी पा रहा, कबड्डी का सुपर स्टार था भी मेरे वीरियो जिला फिरोजपुर का है नौजन। इधर वेखदा भी चारा जाफियां दे विचों पाली ने कैंची ला दिती है ते गुरमुख सिंह सोटी वाली फैसला कर रहा है भी पॉइंट जाफी दे हिस्से जा जुड़िया है, पॉइंट पाली जंगी आने वाले दे हिस्से जा जुड़िया है। चूड़ चक की टीम नूं बेनती है भी वह ग्राउंड दे विच पुज जावे। चल भी सिकंदर पा भी कबड्डी नौजवान है, खेड मैदान दे विच बढ़ चढ़ के कबड्डी पाउणी है। बाबा फरीद कबड्डी क्लब वालों कनेडा खेडिया नौजवान सिकंदर जंगी आने वाला मेरे वीरो, अज दे सारे मैच बहुत वधिया मुकाबले होए है, बहुत तगड़ा मुकाबला जिहड़ा हुण दूसरा सैमीफाइनल चल रहा है और थोड़ा समा बाकी। चूड़ चक की टीम बेनती भी वह ग्राउंड दे विच जल्दी दे नाल पुज जावे। जंगी आने वाला सिकंदर कबड्डी पाउण दे लई खेड मैदान दे विच वधिया होया, जाफियां दी कहिंदे ब्यौतबंदी बनाई हुई, गोरा कहिंदे सुपर स्टार जाफी है, गोड़े नूं खेड कबड्डी का तजर्बा है, गोरा हिक जोर नाल जफे लाउंदा, गोरा तजर्बे नाल जफे लाउंदा, पर समा बीत चुका है ते पॉइंट जिहड़ा जाफी दे हिस्से जा जुड़िया, पॉइंट गोरे दे हिस्से जा जुड़िया। मेरी बेनती है प्यार दे नाल खेडना, मेरी बेनती है खिलाड़ियों नूं प्यार दे नाल खेडना। ओ वीरे जितना नीगा बहुत सोहना मैच चल रहा है। ओ भाई जी आ जिहड़े जापी उतो भज गए कादे वास्ते आए आ, ओ रेडर ते ओ जापी दा कुछ बोलन नहीं, तुसीं एवें भज के तुरे आए उतो। ओ प्लेयर आंगू खेडो भाई प्लेयर आंगू, ओ भाई जी ओ तू तुसीं भज गए हो, जे माड़ी जी गल होगी किड्डी गल होगी, ओ ते फटता नहीं खोलता। मेरी बेनती है ग्राउंड दे विच स्पोर्ट्समैनशिप की भावना लाजमी है, आपां प्यार ते सत्कार दे नाल खेडना है। सारे सूझवान खिलाड़ी इधर गुरजीत सिंह पंजाब पुलिस वाला कहिंदा भी जंगी आने दे जाफी जिन्ने भी जफे लाउणगे 100-100 दे मान सम्मान दित्ते जाणगे। उधर कुलविंदर सिंह जी प्रधान 1,000 रुपया देणगे जे जंगी आने की टीम विनर रहेगी, ते नाल स्वर्गवासी शौन सिंह दे परिवार वालों बैस्ट हीटर ते जाफी नूं कप दे के मान सम्मान दित्ते जाणगे। तगड़ा मैच है दोनों ही टीमों के दरमियान, एक एक पॉइंट के लिए संघर्ष बड़ा कीमती है। मैं भी दयालपुरे वाले इस वेले पई हुई कबड्डी अज बेले तो जिम्मेवारी भारी पै गई है, इधर नौजवान की पई हुई कबड्डी से वेखदा है भी किहो जी गल आउंदी है, विच गहरे झल्लां दे कदे शेर ना रहिंदे गुजे, कौन ठल्ले तफाना नूं सागर विच ना पैंदे गुजे, कौन ठल्ले तफाना नूं सागर विच ना पैंदे गुजे। जे तां मैच वधिया लग्गिया ताड़ी मार दिओ दर्शक वीरो। ओह जंगी वाले दे प्लेयर जिहड़े जफे लाए सीगे नाम लै लैण कमेटी कोलों बई, सो जंगी वाला जेतू है जी।
दर्शन सिंह जी खोसा आड़तिया साहब जेड़ी फास्ट आवेगी टीम 2100 रुपया स्पेशल प्राइज दिता जाएगा। बहुत बहुत धन्यवाद है। लैवी वीर जंगियाने की टीम जेतू है। जंगियाने से चूड़ तक फाइनल मैच दीमां पहुंचा